ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਹੈ ਲਖਵੀਰ ਸਿੰਘ ਅਤੇ ਤੁਸੀਂ ਦੇਖ ਰਹੇ ਹੋ 3D ਪੰਜਾਬੀ। ਇੱਥੇ ਆਪਾਂ ਗੱਲਾਂ ਕਰਦੇ ਹਾਂ ਇਮਾਰਤਾਂ ਦੇ ਬਾਰੇ ਅਤੇ ਉਹਨਾਂ ਦੇ ਬਾਰੇ ਲੈਂਦੇ ਹਾਂ ਕੁਛ ਤਕਨੀਕੀ ਜਾਣਕਾਰੀ। ਲਓ ਜੀ, ਫਿਰ ਨਵੀਂ ਇਨਫੋਰਮੇਸ਼ਨ ਜਾਣਨ ਦੇ ਲਈ ਵੀਡੀਓ ਨੂੰ ਅੱਗੇ ਦੇਖੋ। ਆਪਾਂ ਜਿਹੜੀ ਗੱਲ ਕਰਨੀ ਆ ਉਹ ਇਹ ਹੈ ਬਿਲਡਿੰਗ ਬਾਇਲੋਜ਼ ਬਾਰੇ। ਬਿਲਡਿੰਗ ਬਾਇਲੋਜ਼ ਦਾ ਆਪਾਂ ਪਹਿਲਾ ਪਾਰਟ ਜਿਹੜਾ ਇਹ ਬਣਾ ਰਹੇ ਹਾਂ। ਅੱਜ ਆਪਾਂ ਬਿਲਡਿੰਗ ਬਾਇਲੋਜ਼ ਦੇ ਵਿੱਚ ਜਿਹੜੀਆਂ ਡੈਫੀਨੇਸ਼ਨਸ ਦਿੱਤੀਆਂ ਹੋਈਆਂ ਨੇ ਉਹਦੇ ਬਾਰੇ ਗੱਲ ਕਰਨੀ ਆ। ਅਸਲ ਦੇ ਵਿੱਚ ਡੈਫੀਨੇਸ਼ਨਸ ਤਾਂ ਆਪਾਂ ਕਹਿੰਦੇ ਹਾਂ ਵੀ ਆਪਾਂ ਨੂੰ ਡੈਫੀਨੇਸ਼ਨ ਪੜ੍ਹਨ ਦੀ ਕੀ ਲੋੜ ਆ, ਸਾਨੂੰ ਪਤਾ ਹੀ ਆ ਜੋ ਉਹਦੇ ਵਿੱਚ ਲਿਖਿਆ ਹੋਇਆ। ਅਤੇ ਇਹਨਾਂ ਨੇ ਲਿਖਿਆ ਵੀ ਕਿਉਂ ਆ, ਜਦ ਸਾਨੂੰ ਪਤਾ ਹੀ ਆ ਵੀ ਇੱਕ ਜਿਵੇਂ ਕੋਈ ਬਿਲਡਿੰਗ ਹੈਗੀ ਆ, ਸਾਨੂੰ ਪਤਾ ਹੀ ਆ ਬਿਲਡਿੰਗ ਕੀ ਹੁੰਦਾ, ਫਿਰ ਉਹਨੂੰ ਡਿਫਾਈਨ ਕਰਨ ਦੀ ਕੀ ਲੋੜ ਆ। ਅਸਲ ਦੇ ਵਿੱਚ ਗੱਲ ਇਹ ਆ ਵੀ ਨਾ, ਹਰੇਕ ਬੰਦੇ ਨੇ ਹਰੇਕ ਚੀਜ਼ ਦੀ ਆਪਣੀ ਆਪਣੀ ਡੈਫੀਨੇਸ਼ਨ ਬਣਾਈ ਹੋਈ ਆ। ਹੁਣ ਜਿਵੇਂ ਆਪਾਂ ਕੋਰੀਡੋਰ ਹੁੰਦਾ, ਕੋਰੀਡੋਰ ਆਪਾਂ ਨੂੰ ਪਤਾ ਕੀ ਹੁੰਦਾ, ਕਈ ਬੰਦੇ ਨੂੰ ਗੈਲਰੀ ਕਹੀ ਜਾਂਦੇ ਆ, ਕਈ ਬੰਦੇ ਬਾਲਕੋਨੀ ਨੂੰ ਗੈਲਰੀ ਕਹੀ ਜਾਂਦੇ ਆ, ਕਈ ਬੰਦੇ ਟੈਰਸ ਨੂੰ ਬਾਲਕੋਨੀ ਕਹੀ ਜਾਂਦੇ ਆ। ਇਸ ਕਰਕੇ ਜਦੋਂ ਆਪਾਂ ਕੋਈ ਇਹਦੇ ਵਿੱਚ ਆਪਣੇ ਬਾਇਲੋਅ ਦੇ ਵਿੱਚ ਇੱਕ ਵਾਰ ਉਹਨਾਂ ਨੇ ਹਰੇਕ ਚੀਜ਼ ਨੂੰ ਸਪੈਸੀਫਾਈ ਕਰਤਾ ਤਾਂ ਕਿ ਇਹ ਨਾ ਹੋਵੇ ਕੱਲ੍ਹ ਨੂੰ ਬੰਦਾ ਕਿਸੇ ਹੋਰ ਚੀਜ਼ ਨੂੰ ਕਿਸੇ ਹੋਰ ਚੀਜ਼ ਸਮਝ ਕੇ ਕੁਛ ਕਰੀ ਜਾਵੇ ਅਤੇ ਬਾਅਦ 'ਚ ਲੜੀ ਜਾਵੇ ਆ ਕੇ ਇੱਥੇ ਕਿ ਵੀ ਹਾਂ ਜੀ ਇਹਦੇ ਵਿੱਚ ਤਾਂ ਐਂ ਲਿਖਿਆ ਹੋਇਆ। ਠੀਕ ਆ, ਇਸ ਕਰਕੇ ਮੈਂ ਇਹਦੇ ਵਿੱਚ ਸੋਚਿਆ ਵੀ ਇਹਦੇ ਵਿੱਚ ਤਾਂ ਕਾਫੀ ਡੈਫੀਨੇਸ਼ਨਾਂ ਉਹਨਾਂ ਨੇ ਦਿੱਤੀਆਂ ਹੋਈਆਂ ਨੇ, ਪਰ ਜਿਹੜੀਆਂ ਜਿਹੜੀਆਂ ਆਪਣੇ ਕੰਮ ਦੀਆਂ ਡੈਫੀਨੇਸ਼ਨਾਂ ਨੇ ਉਹ ਮੈਂ ਅੱਜ ਉਹਨਾਂ ਨੂੰ ਪੜ੍ਹੂੰਗਾ ਅਤੇ ਉਹਨਾਂ ਨੂੰ ਦੇਖੂੰਗਾ, ਫਿਰ ਕਨਵਰਟ ਕਰੂੰਗਾ ਪੰਜਾਬੀ ਦੇ ਵਿੱਚ ਵੀ ਕਿਵੇਂ ਆਪਾਂ ਸਮਝਦੇ ਹਾਂ ਉਹਨੂੰ, ਦੇਖਦੇ ਹਾਂ ਵੀ ਇਹੀ ਚੀਜ਼ ਆ। ਪਹਿਲਾਂ ਜਿਹੜੀ ਡੈਫੀਨੇਸ਼ਨ ਆ ਉਹ ਹੈਗੀ ਆ 2.4, ਅਡੀਸ਼ਨ ਐਂਡ ਅਲਟਰੇਸ਼ਨ ਔਰ ਰੀਰੈਕਸ਼ਨ। ਇਹਦੇ ਵਿੱਚ ਇਹ ਕਹਿੰਦੇ ਨੇ, ਕਹਿੰਦੇ ਚੇਂਜ ਆਫ ਆਕੂਪੈਂਸੀ, ਮਤਲਬ ਵੀ ਜਿਹੜੀ ਵਿੱਚ ਜੋ ਜਿਹੜੇ ਲੋਕ ਰਹਿ ਰਹੇ ਨੇ ਰਿਹਾਇਸ਼ ਆ ਜਿਹੜੀ ਉਹਦੀ ਚੇਂਜ ਹੋ ਜਾਵੇ। ਠੀਕ ਆ, ਬੰਦਾ ਪਹਿਲਾਂ ਉੱਥੇ ਘਰ ਵਾਂਗੂ ਰਹਿੰਦਾ ਸੀ ਅਤੇ ਹੁਣ ਉਹਨੂੰ ਦੁਕਾਨ ਵਾਂਗੂ ਵਰਤਣ ਲੱਗ ਜਾਵੇ, ਜਾਂ ਫਿਰ ਸਟਰਕਚਰਲ ਚੇਂਜ ਇਨਕਲੂਡਿੰਗ ਜਾਂ ਤਾਂ ਕੁਛ ਐਡ ਕਰਿਆ ਹੋਵੇ ਜਾਂ ਕੁਛ ਵਿੱਚੋਂ ਕੱਢਿਆ ਹੋਵੇ ਜਾਂ ਹਾਈਟ ਵਧਾਈ ਹੋਵੇ ਜਾਂ ਘਟਾਈ ਹੋਵੇ, ਦੀਵਾਰਾਂ ਦੇ ਵਿੱਚ ਕੁਛ ਕਰੇ ਹੋਣ, ਘਾਟੇ ਵਾਧੇ ਕਰੇ ਹੋਏ ਹੋਣ, ਜਾਂ ਦੀਵਾਰ ਦੇ ਕਿਸੇ ਪਾਰਟ ਦੇ ਵਿੱਚ ਘਾਟਾ ਵੱਧ ਕਰਿਆ ਹੋਵੇ, ਕੋਈ ਪਾਰਟੀਸ਼ਨਾਂ ਨਵੀਆਂ ਬਣਾਈਆਂ ਹੋਈਆਂ ਹੋਣ, ਕੋਈ ਕੋਲਮ ਨਵੇਂ ਲਾਏ ਹੋਣ, ਕੋਈ ਬੀਮ ਪਾਏ ਹੋਏ ਹੋਣ ਨਵੇਂ, ਕੋਈ ਨਵਾਂ ਆਪਾਂ ਫਲੋਰ ਹੀ ਨਵਾਂ ਤਿਆਰ ਕਰ ਲਈਏ, ਜਾਂ ਫਿਰ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਚੇਂਜਸ ਨੇ, ਜਾਂ ਫਿਰ ਆਪਾਂ ਜਿਹੜੇ ਮੇਨ ਰਾਹ ਨੇ ਉਹਨਾਂ ਨੂੰ ਇੱਧਰ ਉੱਧਰ ਚੇਂਜ ਕਰ ਦਈਏ, ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ ਇਹਨਾਂ ਨੂੰ ਆਪਾਂ ਜਿਹੜਾ ਬਾਇਲੋਅ ਆ ਉਹ ਉਹਨਾਂ ਨੂੰ ਐਡੀਸ਼ਨ ਅਲਟਰੇਸ਼ਨ ਜਾਂ ਫਿਰ ਰੀਰੈਕਸ਼ਨ ਮੰਨਦਾ ਉਹਨਾਂ ਨੂੰ। ਉਸ ਤੋਂ ਬਾਅਦ ਹੈਗਾ ਜੀ 2.17, ਇਹਦੇ ਵਿੱਚ ਇਹਨਾਂ ਨੇ ਬਾਲਕੋਨੀ ਬਾਰੇ ਦੱਸਿਆ। ਇਹ ਕਹਿੰਦੇ ਨੇ ਜਿਹੜੀ ਬਾਲਕੋਨੀ ਆ ਇਹ ਹੋਰੀਜੈਂਟਲ ਪ੍ਰੋਜੈਕਸ਼ਨ ਆ, ਮਤਲਬ ਜਿਹੜੀ ਸਾਡੀ ਬਿਲਡਿੰਗ ਆ ਉਹਦੇ ਵਿੱਚੋਂ ਇਹ ਬਾਹਰ ਨੂੰ ਨਿਕਲੀ ਹੋਈ ਹੋਣੀ ਚਾਹੀਦੀ ਆ। ਟੈਰਫ ਜੇ ਟੈਰਫ ਦੇ ਉੱਪਰ ਨਹੀਂ, ਆਪਾਂ ਉਹਨੂੰ ਨਹੀਂ ਬਾਲਕੋਨੀ ਕਹਾਂਗੇ, ਉਹਨੂੰ ਟੈਰਸ ਏ ਕਹਾਂਗੇ। ਇਹ ਬਾਹਰ ਨਿਕਲੀ ਹੋਣੀ ਚਾਹੀਦੀ ਆ। ਉਸ ਤੋਂ ਬਾਅਦ ਕੀ ਆ ਇਹਦੇ ਵਿੱਚ ਕੀ ਹੁੰਦਾ, ਇਹਦੇ ਵਿੱਚ ਇੱਕ ਪੈਰਾਪਿਟ ਲੱਗਿਆ ਹੁੰਦਾ ਅਤੇ ਇੱਕ ਆਪਣੀ ਹੈਂਡ ਰੇਲ ਲੱਗੀ ਹੁੰਦੀ ਆ। ਠੀਕ ਆ, ਅਤੇ ਇਹਨੂੰ ਆਪਾਂ ਉਹ ਕਹਿੰਦੇ ਵੀ ਜਾਂ ਤੁਰਨ ਫਿਰਨ ਵਾਸਤੇ ਜਾਂ ਬੈਠਣ ਵਾਸਤੇ ਵਰਤ ਸਕਦੇ ਹਾਂ, ਜਿਹੜੀ ਇਹ ਜਗ੍ਹਾ ਆ ਇਹਨੂੰ ਬਾਲਕੋਨੀ ਕਹਿੰਦੇ ਹਾਂ ਆਪਾਂ। ਉਸ ਤੋਂ ਬਾਅਦ ਇਹਨਾਂ ਨੇ ਬਿਲਡਿੰਗ ਨੂੰ ਡਿਫਾਈਨ ਕੀਤਾ 2.21 ਦੇ ਵਿੱਚ। ਇਹ ਕਹਿੰਦੇ ਨੇ ਵੀ ਬਿਲਡਿੰਗ ਕੀ ਆ, ਇਹ ਇੱਕ ਸਟਰਕਚਰ ਆ ਜਿਹੜੀ ਕਿਸੇ ਵੀ ਮਟੀਰੀਅਲ ਦੀ ਬਣੀ ਹੋ ਸਕਦੀ ਆ, ਜਾਂ ਇਹ ਲੋਕਾਂ ਦੇ ਰਹਿਣ ਲਈ ਵਰਤੀ ਜਾ ਸਕਦੀ ਆ, ਚਾਹੇ ਨਾ ਵੀ ਲੋਕਾਂ ਦੇ ਰਹਿਣ ਲਈ ਵਰਤੀ ਜਾਵੇ। ਉਹਦੇ ਵਿੱਚ ਕੀ ਹੁੰਦਾ, ਇੱਕ ਉਹਦੇ ਵਿੱਚ ਨਿਓ ਹੁੰਦੀ ਆ, ਪਲੈਂਥ ਹੁੰਦਾ, ਅੰਧਾ ਹੁੰਦੀਆਂ ਨੇ, ਆਪਣੇ ਫਰਸ਼ ਹੁੰਦੇ ਨੇ, ਅਤੇ ਆਪਣੀ ਛੱਤ ਹੁੰਦੀ ਆ। ਠੀਕ ਆ, ਚਿਮਨੀ ਹੋ ਸਕਦੀ ਆ, ਪਲੰਬਿੰਗ ਅਤੇ ਇਲੈਕਟ੍ਰੀਕਲ ਫਿਕਸਚਰ ਹੋ ਸਕਦੇ ਨੇ, ਇਕੱਲੇ ਪਲੰਬਿੰਗ ਜਿਹੜੇ ਸਰਵਿਸਿਸ ਨੇ ਉਹ ਹੋ ਸਕਦੀਆਂ ਨੇ, ਅਤੇ ਪਲੇਟਫਾਰਮ ਹੋ ਸਕਦੇ ਨੇ, ਵਰਾਂਡੇ ਹੋ ਸਕਦੇ ਨੇ, ਬਾਲਕੋਨੀਆਂ ਹੋ ਸਕਦੀਆਂ ਨੇ, ਪ੍ਰੋਜੈਕਸ਼ਨਾਂ ਹੋ ਸਕਦੀਆਂ ਨੇ। ਇਹ ਜਾਣ ਕੇ ਜਿਵੇਂ ਹੁਣ ਆਪਣੀ ਬਾਉਂਡਰੀ ਵਾਲ ਹੁੰਦੀ ਆ ਜਿਹੜੀ ਕਿਸੇ ਜਗ੍ਹਾ ਨੂੰ ਇਨਕਲੋਜ਼ ਕਰਦੀ ਆ, ਉਹਨੂੰ ਵੀ ਇਹ ਬਿਲਡਿੰਗ ਮੰਨਦੇ ਆ। ਠੀਕ ਹੈ ਜੀ, ਉਸ ਤੋਂ ਬਾਅਦ ਆਊਟਡੋਰ ਸਟਰਕਚਰ ਹੋ ਗਈਆਂ, ਜਿਵੇਂ ਜੇ ਟੈਂਕ ਕੋਈ ਹੋ ਗਏ, ਜਾਂ ਫਿਰ ਕਿਸੇ ਕੈਮੀਕਲ ਨੂੰ ਸਟੋਰ ਕਰਨ ਵਾਸਤੇ ਜਾਂ ਲਿਕੁਇਡ ਨੂੰ ਸਟੋਰ ਕਰਨ ਵਾਸਤੇ, ਜਿਹੜੇ ਸਵਿਮਿੰਗ ਪੂਲ ਵਗੈਰਾ, ਪੌਂਡ ਵਗੈਰਾ ਹੋ ਗਏ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਬਿਲਡਿੰਗ ਦੇ ਵਿੱਚ, ਬਿਲਡਿੰਗ ਦੀ ਕੈਟਾਗਰੀ ਦੇ ਵਿੱਚ ਲਿਆ ਜਾਂਦਾ। ਹੁਣ ਇਹ ਗੱਲ, ਉਸ ਤੋਂ ਬਾਅਦ ਇਹੋ ਜਿਹੀਆਂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਬਿਲਡਿੰਗ ਨਹੀਂ ਮੰਨਿਆ ਜਾਂਦਾ, ਉਹ ਹੈਗੀਆਂ ਨੇ ਸ਼ਾਮਿਆਨੇ ਹੋ ਗਏ, ਤਰਪਲੀਨ ਦੇ ਜਿਹੜੇ ਆਪਣੇ ਆਹ ਆਪਣੇ ਕਾਲੇ ਜਿਹੇ ਕਾਗਜ਼ ਪਾ ਕੇ ਆਪਣੇ ਸ਼ੈੱਡ ਪਾਏ ਹੁੰਦੇ ਨੇ, ਸ਼ੈੱਡ ਛੋਟੇ ਜਿਹੇ ਪਾਏ ਹੁੰਦੇ ਨੇ ਇਹ, ਜਾਂ ਫਿਰ ਟੈਂਪਰੇਰੀ ਟੈਂਟ ਜਿਹੇ ਲਾਏ ਹੁੰਦੇ ਆ। ਠੀਕ ਆ, ਜਾਂ ਕੁਛ ਜਿਵੇਂ ਆਪਾਂ ਵਿਆਹ ਵਿਊ ਦੇ ਲਈ ਜਿਹੜੇ ਟੈਂਟ ਮੰਨ ਲਈਏ ਲਾ ਲੈਂਦੇ ਆਪਾਂ, ਉਹਨਾਂ ਨੂੰ ਬਿਲਡਿੰਗ ਨਹੀਂ ਮੰਨਿਆ ਜਾਂਦਾ। ਉਸ ਤੋਂ ਬਾਅਦ ਇਹਨਾਂ ਨੇ ਅੱਗੇ 2.23 ਦੇ ਵਿੱਚ ਜਿਹੜੀਆਂ ਬਿਲਡਿੰਗ ਦੀਆਂ ਕੈਟਾਗਰੀਆਂ ਨੇ ਉਹਦੇ ਬਾਰੇ ਦੱਸਿਆ ਇਹਨਾਂ ਨੇ। ਸਭ ਤੋਂ ਪਹਿਲਾਂ ਤਾਂ ਜੀ ਰੈਜ਼ੀਡੈਂਸ਼ੀਅਲ ਬਿਲਡਿੰਗ ਬਾਰੇ ਦੱਸਿਆ,
ਇਹਦੇ ਵਿੱਚ ਹੈਗੀ ਆ ਸਾਡੇ ਕੋਲ ਦੋ ਕੈਟਾਗਰੀਆਂ ਨੇ, ਪਲੋਟਡ ਅਤੇ ਗਰੁੱਪ ਹਾਊਸਿੰਗ, ਠੀਕ ਹੈ ਜੀ। ਉਸ ਤੋਂ ਬਾਅਦ ਹੈਗੀਆਂ ਨੇ ਕਮਰਸ਼ੀਅਲ ਬਿਲਡਿੰਗਾਂ, ਇੰਡਸਟਰੀਅਲ ਅਤੇ ਵੇਅਰ ਹਾਊਸ, ਪਬਲਿਕ ਬਿਲਡਿੰਗਾਂ, ਮਿਕਸਡ ਲੈਂਡ ਯੂਜ ਬਿਲਡਿੰਗਾਂ, ਅਤੇ ਨਰਸਿੰਗ ਹੋਮ, ਹੋਸਪਿਟਲ, ਮੈਰਿਜ ਪੈਲਸ ਅਤੇ ਮਲਟੀਪਲੈਕਸ। ਇਹਨਾਂ ਦੇ ਵਿੱਚ ਡਿਟੇਲ ਦੇ ਵਿੱਚ ਜਾਣ ਵਾਸਤੇ ਆਪਾਂ ਇਹਦੀ ਵੱਖਰੀ ਇੱਕ ਵੀਡੀਓ ਦੇਖਾਂਗੇ, ਬਣਾਵਾਂਗੇ, ਜਿਹਦੇ ਵਿੱਚ ਆਪਾਂ ਇਕੱਲੀ ਇਕੱਲੀ ਗੱਲ ਕਰਾਂਗੇ ਵੀ ਰੈਜ਼ੀਡੈਂਸ਼ੀਅਲ ਕੀ ਹੁੰਦੀ ਹੈ, ਕਮਰਸ਼ੀਅਲ ਕੀ ਹੁੰਦੀ ਹੈ, ਵੈਸੇ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ। ਉਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਆ 2.24 ਦੇ ਵਿੱਚ ਦੱਸੀ ਗਈ ਆ, ਉਹ ਹੈਗੀ ਹੈ ਜੀ ਬਿਲਡਿੰਗ ਹਾਈਟ। ਬਿਲਡਿੰਗ ਹਾਈਟ ਦੇ ਵਿੱਚ ਇਹ ਕਹਿੰਦਾ ਵੀ ਜਿਹੜਾ ਬਿਲਡਿੰਗ ਹਾਈਟ ਆ ਇਹ ਵਰਟੀਕਲ ਡਿਸਟੈਂਸ ਆ, ਜਿਹੜਾ ਕਿ ਜੇ ਤਾਂ ਫਲੈਟ ਰੂਫ ਹੋਵੇ, ਠੀਕ ਆ, ਤਾਂ ਫਰੰਟ ਦੇ ਜਿਹੜਾ ਫਰੰਟ ਰੋਡ ਆ ਉਹਦਾ ਐਵਰੇਜ ਲੈਵਲ, ਅਤੇ ਜਿਹੜੀ ਉਹਦੀ ਹਾਈਐਸਟ ਪੁਆਇੰਟ ਆ ਬਿਲਡਿੰਗ ਦਾ ਉੱਥੇ ਤੱਕ। ਉਸ ਤੋਂ ਬਾਅਦ ਜੀ ਜਿਹੜੀਆਂ ਟੇਢੀਆਂ ਰੂਫ ਨੇ ਉਹਨਾਂ ਦਾ ਜਿਹੜਾ ਹਿਸਾਬ ਕਿਤਾਬ ਆ ਉਹ ਅਲੱਗ ਆ, ਉਹਨਾਂ ਦੀ ਜਿਹੜੀ ਹਾਈਟ ਆ ਉਹ ਵੱਖਰੇ ਤਰੀਕੇ ਨਾਲ ਕੱਢੀ ਜਾਂਦੀ ਆ। ਅੱਗੇ ਇਹਨਾਂ ਨੇ ਇਹਦੇ ਵਿੱਚ ਇਹ ਵੀ ਕਿਹਾ ਹੋਇਆ ਵੀ ਜਿਵੇਂ ਹੁਣ ਕੋਈ ਆਪਾਂ ਆਰਕੀਟੈਕਚਰਲ ਫੀਚਰਸ ਬਣਾ ਦਿੰਦੇ ਹਾਂ, ਕੋਈ ਡਿਜ਼ਾਇਨ ਵਗੈਰਾ ਬਣਾ ਦਿੰਦੇ ਹਾਂ, ਉਹਨਾਂ ਨੂੰ ਆਪਾਂ ਇਹਦੇ ਵਿੱਚੋਂ ਕੱਢ ਸਕਦੇ ਹਾਂ, ਉਹਨੂੰ ਬਿਲਡਿੰਗ ਹਾਈਟ 'ਚ ਨਹੀਂ ਲਵਾਂਗੇ ਆਪਾਂ। ਕੋਈ ਖੰਭਾ ਜਿਹਾ ਆਪਾਂ ਖੜਾ ਕਰ ਦਿੰਦੇ ਹਾਂ ਜਾਂ ਕੋਈ ਕੁਛ ਬਣਾ ਦਿੰਦੇ ਹਾਂ ਇਸ ਤਰ੍ਹਾਂ ਦਾ, ਜਿੱਦਾਂ ਸਿਰਫ ਜਿਹੜਾ ਸ਼ੋਅ ਵਾਸਤੇ ਆਪਾਂ ਬਣਾਉਂਦੇ ਹਾਂ। ਉਸ ਤੋਂ ਬਾਅਦ 2.25 ਦੇ ਵਿੱਚ ਇਹਨਾਂ ਨੇ ਦੱਸਿਆ ਵੀ ਮਿਨੀਮਮ ਸੀਲਿੰਗ ਹਾਈਟ ਆਫ ਰੂਮਸ, ਕਹਿੰਦੇ ਵੀ ਜਿਹੜੀ ਜੇ ਆਪਾਂ ਜਿਹੜਾ ਆਪਾਂ ਕਮਰੇ ਨੂੰ ਜੇ ਮਿਣੀਏ ਤਾਂ ਫਰਸ਼ ਤੋਂ ਲੈ ਕੇ ਜਿਹੜਾ ਫੀਲਿੰਗ ਦਾ ਹੀਟਰ ਦਾ ਲੈਵਲ ਹੁੰਦਾ ਵਿੱਚ ਵਿੱਚ ਵਾਲੀ ਜਗ੍ਹਾ, ਉਹਦੇ ਬਾਰੇ ਗੱਲ ਦੱਸੀ ਹੋਈ ਹੈ ਇਹਨਾਂ ਨੇ ਵੀ ਇਹ ਕਹਿੰਦੇ ਨੇ ਵੀ ਘੱਟੋ ਘੱਟ 9 ਫੁੱਟ ਹੋਣੀ ਚਾਹੀਦੀ ਆ ਹਰੇਕ ਜਗ੍ਹਾ ਦੇ ਉੱਤੇ ਇਹ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਜਿਹੜੀ ਬਿਲਡਿੰਗ ਦੇ ਵਿੱਚ ਏਅਰ ਕੰਡੀਸ਼ਨਡ ਆ ਜਿਹੜੀ ਬਿਲਡਿੰਗ, ਉੱਥੇ ਆਪਾਂ ਇਹਨੂੰ 8 ਫੁੱਟ ਤੱਕ ਕਰ ਸਕਦੇ ਹਾਂ। ਪਰ ਇਹ ਵੀ ਜਿਹੜਾ ਇਹ ਬਿਲਡਿੰਗ ਹੈਬੀਟੇਬਲ ਰੂਮ ਦੀ ਜਿਹੜੀ ਹਾਈਟ ਆ ਇਹ ਇੱਥੇ ਇਹਨਾਂ ਨੇ ਦੱਸੀ ਹੋਈ ਆ, ਇਹ ਅੱਗੇ ਜਾ ਕੇ ਹੋਰ ਕਈ ਕਲਾਊਜ਼ਸ ਦੇ ਵਿੱਚ ਵੱਖਰੀ ਵੱਖਰੀ ਵੀ ਕੀਤੀ ਹੋਈ ਆ, ਕਿਸੇ ਜਗ੍ਹਾ 'ਤੇ ਵਾਧਾ ਆਈ ਘਟਾਈ ਹੋਈ ਆ, ਕਿਤੇ ਕਿਵੇਂ ਦੱਸਿਆ ਕਿਵੇਂ ਕਿਤੇ ਕਿਵੇਂ ਦੱਸਿਆ। ਉਸ ਤੋਂ ਜਿਹੜਾ ਆਪਣਾ ਅਗਲਾ ਪਾਰਟ ਹੈਗਾ ਉਹ ਹੈਗਾ ਕਵਰਡ ਏਰੀਏ ਦਾ, ਕਵਰਡ ਏਰੀਏ ਵਾਲਾ ਸਾਡਾ ਜਿਹੜਾ ਪੁਆਇੰਟ ਹੈਗਾ 2.40। ਇਹ ਕਹਿੰਦਾ ਵੀ ਕਵਰਡ ਏਰੀਆ ਕਿਹਨੂੰ ਕਹਿੰਦੇ ਆ ਆਪਾਂ, ਗਰਾਊਂਡ ਏਰੀਆ ਜਿਹੜਾ ਬਿਲਡਿੰਗ ਨੂੰ ਕਵਰ ਕਰਦੀ ਆ, ਪਲਿੰਥ ਲੈਵਲ, ਮਤਲਬ ਪਲਿੰਥ ਲੈਵਲ ਦੇ ਉੱਪਰੋਂ ਜੇ ਆਪਾਂ ਸੈਕਸ਼ਨ ਕੱਟੀਏ ਤਾਂ ਉੱਥੇ ਜਿਹੜਾ ਬਿਲਡਿੰਗ ਨੇ ਜਿਹੜਾ ਜਿੰਨਾ ਏਰੀਆ ਕਵਰ ਕੀਤਾ ਹੋਇਆ ਉਹਨੂੰ ਆਪਾਂ ਗਰਾਊਂਡ ਏਰੀਆ, ਗਰਾਊਂਡ ਕਵਰੇਜ। ਉਹਦੇ ਵਿੱਚ ਕੀ ਨਹੀਂ ਹੁੰਦਾ, ਉਹਦੇ ਵਿੱਚ ਕੰਪਾਊਂਡ ਵਾਲਾਂ, ਗੇਟ, ਕਨੋਪੀਆਂ, ਠੀਕ ਹੈ, ਕੋਈ ਜਾਂ ਅਨਕਵਰਡ ਸਟੇਅਰ ਕੇਸ ਹੋਵੇ ਜਿਹੜੀ ਬਾਹਰ ਬਣੀ ਹੋਵੇ, ਅਤੇ ਛੱਜੇ ਜਿਹੜੇ 18 ਇੰਚ ਤੱਕ ਨੇ, ਠੀਕ ਹੈ, ਇਹ ਨੇ ਜਿਹੜੇ ਕਵਰਡ ਏਰੀਆ 'ਚ ਨਹੀਂ ਆਉਂਦੇ ਹੈਗੇ। ਉਸ ਤੋਂ ਬਾਅਦ ਗਾਰਡਨ ਦੇ ਵਿੱਚ ਕੋਈ ਆਪਾਂ ਪੱਥਰ ਪੁੱਥਰ ਜਿਹੇ ਰੱਖੇ ਹੋਏ ਨੇ, ਕੋਈ ਕੰਧਾਂ ਕਰੀਆਂ ਨੇ, ਕੋਈ ਪਲਾਂਟ ਲਾਏ ਨੇ, ਵਾਟਰ ਪੂਲ ਬਣਾਇਆ, ਸਵਿਮਿੰਗ ਪੂਲ ਬਣਾਇਆ, ਪਰ ਉਹ ਸਵਿਮਿੰਗ ਪੂਲ ਅਨਕਵਰਡ ਹੋਣਾ ਚਾਹੀਦਾ, ਕਵਰ ਨਹੀਂ ਕੀਤਾ ਹੋਇਆ ਹੋਣਾ ਚਾਹੀਦਾ। ਕੋਈ ਦਰਖਤ ਦੇ ਆਲੇ ਦੁਆਲੇ ਆਪਾਂ ਥੜੇ ਬਣਾਏ ਹੋਏ ਨੇ, ਟੈਂਕ ਬਣਾਏ ਹੋਏ ਨੇ, ਕੋਈ ਫੁਹਾਰੇ ਲਾਏ ਨੇ, ਕੋਈ ਬੈਂਚ ਰੱਖੇ ਨੇ, ਚਬੂਤਰੇ ਬਣਾਏ ਨੇ, ਇਹ ਸਾਰੇ ਕੁਛ ਵੀ ਕਵਰ 'ਚ, ਗਰਾਊਂਡ ਕਵਰੇਜ 'ਚ ਨਹੀਂ ਆਉਂਦੇ। ਕੋਈ ਆਪਾਂ ਪੈਪ ਪਾਏ ਨੇ, ਕੋਈ ਡਰੇਨੇਜ, ਕੋਈ ਉਹ ਬਣਾਏ ਨੇ, ਨਾਲੇ ਨੂਲੇ ਜਿਹੇ ਬਣਾਏ ਨੇ, ਕੋਈ ਗਲੀਆਂ ਪਿੱਟਾਂ ਬਣਾਈਆਂ ਨੇ, ਕੋਈ ਚੈਂਬਰ ਬਣਾਏ ਨੇ, ਇਹ ਵੀ ਕਵਰਡ ਏਰੀਆ 'ਚ ਨਹੀਂ ਆਉਂਦੇ। ਜਿਹੜੀ ਛੱਤਾਂ ਨੇ, ਜਿਹੜੀਆਂ ਛੱਤ ਆਪਾਂ ਬਾਹਰ ਨੂੰ ਕੱਢ ਦਿੰਦੇ ਹਾਂ ਨਾ, ਕੈਂਟੀਲੀਵਰ ਕੱਢ ਦਿੰਦੇ ਹਾਂ ਛੱਤ, 3 ਫੁੱਟ ਤੋਂ ਘੱਟ ਘੱਟ ਵਾਲੀ ਜਿਹੜੀ ਛੱਤ ਆ ਉਹ ਇਹਦੇ ਵਿੱਚ ਨਹੀਂ ਆਉਂਦੀ। ਪਰ ਇਹਦੀ ਵੀ ਇੱਕ ਉਹ ਆ ਵੀ ਜਿਵੇਂ ਜਿਹੜੀਆਂ ਆਪਣੀਆਂ ਪ੍ਰੋਜੈਕਸ਼ਨਾਂ ਨੇ ਜਿਹੜੀ ਆਪਾਂ 3 ਫੁੱਟ ਤੱਕ ਕੱਢ ਸਕਦੇ ਹਾਂ, ਉਹ ਪ੍ਰੋਜੈਕਸ਼ਨ ਚਾਰੇ ਪਾਸੇ ਨਹੀਂ ਹੋਣੀ ਚਾਹੀਦੀ, ਉਹ ਸਿਰਫ ਜਿਹੜਾ ਉਹਦਾ ਤੁਸੀਂ ਸਮਝ ਲਓ ਵੀ ਜਿਹੜਾ ਉਹਦੀ ਪੈਰਾਫੇਰੀ ਆ ਉਹਦਾ ਪੈਰਾਫੇਰੀ ਦੇ 50% ਹੀ ਆਪਾਂ ਉਹਨੂੰ ਬਾਹਰ ਕੱਢ ਸਕਦੇ ਹਾਂ। ਇਹ ਥੋੜ੍ਹੀ ਜਿਹੀ ਮਤਲਬ ਹੋਰ ਜ਼ਿਆਦਾ ਸਮਝਣ ਵਾਲੀ ਗੱਲ ਆ, ਜੇ ਇਹ ਤੁਸੀਂ ਫਿਰ ਆਪਾਂ ਉਸ ਹਿਸਾਬ ਨਾਲ ਸਮਝਣਾ ਪਊ। ਇੱਕ ਇਹਨਾਂ ਨੇ ਹੋਰ ਇਹ 'ਚ ਪਾਰਟ ਦਿੱਤਾ ਹੋਇਆ, ਉਹ ਕਹਿੰਦਾ ਪੋਰਚ ਅਤੇ ਪੋਰਟਿਕੋ ਜਾਂ ਫਿਰ ਗਰਾਜ ਇਹ ਅਸੀਂ ਬਣਾ ਸਕਦੇ ਹਾਂ ਸਾਈਡ ਫੈਟਬੈਕ ਦੇ ਵਿੱਚ, ਜੇ ਅਸੀਂ ਸਾਈਡ ਫੈਟਬੈਕ ਛੱਡਿਆ ਹੋਇਆ ਉਹਦੇ ਵਿੱਚ ਬਣਾ ਸਕਦੇ ਹਾਂ। ਪਰ ਇਹਦੀ ਇੱਕ ਲਿਮਿਟ ਆ ਵੀ ਜਿਹੜਾ ਸਾਈਡ ਫੈਟਬੈਕ ਆ ਉਹ ਪਹਿਲਾਂ ਦਾ ਘੱਟੋ ਘੱਟ 9 ਫੁੱਟ ਦਾ ਸਾਈਡ ਫੈਟਬੈਕ ਹੋਣਾ ਚਾਹੀਦਾ, ਠੀਕ ਹੈ, ਅਤੇ ਉਸ ਤੋਂ ਬਾਅਦ ਉਹ ਜਿਹੜੀ ਆਪਣਾ ਪਲੋਟ ਦੀ ਜਿਹੜੀ ਟੋਟਲ ਲੈਂਥ ਆ ਉਹਦਾ ਸਿਰਫ 1/3 ਹਿੱਸਾ ਹੀ ਉਹਨੇ ਕਵਰ ਕੀਤਾ ਹੋਇਆ ਹੋਣਾ ਚਾਹੀਦਾ, ਅਤੇ ਉਹਦੀ ਜਿਹੜੀ ਘੱਟੋ ਘੱਟ ਹਾਈਟ ਆ ਉਹ 1.25 ਫੁੱਟ ਹੋਣੀ ਚਾਹੀਦੀ ਆ। ਜੇ ਆਪਾਂ ਇਹ ਸਾਰੀਆਂ ਕੰਡੀਸ਼ਨਾਂ ਨੂੰ ਸੈਟਿਸਫਾਈ ਕਰ ਦਿੰਦੇ ਹਾਂ ਤਾਂ ਜਿਹੜਾ ਆਪਣਾ ਪੋਰਚ ਆ ਨਾ, ਗੱਡੀ ਵਾਲਾ ਪੋਰਚ, ਉਹ ਆਪਣਾ ਕਵਰਡ ਏਰੀਆ 'ਚੋਂ ਬਾਹਰ ਨਿਕਲ ਜੂਗਾ। ਅਤੇ ਉਸ ਤੋਂ ਬਾਅਦ ਜੇ ਕੋਈ ਆਪਾਂ ਕਿਸੇ ਬਿਲਡਿੰਗ ਦੇ ਵਿੱਚ ਰੈਂਪ ਬਣਾਉਂਦੇ ਹਾਂ ਨਾ, ਵੀ ਮੰਨ ਲਓ ਹੁਣ ਜਿਹੜੇ ਕਈ ਬੰਦੇ ਜਿਨ੍ਹਾਂ ਨੇ ਵੀਲਚੇਅਰ ਯੂਜ਼ ਕਰਕੇ ਚੜ੍ਹਨਾ ਜਾਂ ਕੋਈ ਬਜ਼ੁਰਗਾਂ ਵਾਸਤੇ ਆਪਾਂ ਰੈਂਪ ਬਣਾਉਣੇ ਨੇ, ਉਹਨਾਂ ਨੂੰ ਵੀ ਕਵਰਡ ਏਰੀਆ ਦੇ ਵਿੱਚੋਂ ਨਹੀਂ ਲਿਆ ਜਾਂਦਾ। ਅਗਲਾ ਪੁਆਇੰਟ ਹੈਗਾ 2.46, ਇਹਦੇ ਵਿੱਚ ਡੈਵਲਿੰਗ ਦੱਸਿਆ ਹੋਇਆ ਵੀ ਡੈਵਲਿੰਗ ਕੀ ਹੁੰਦੀ ਆ। ਜਿਵੇਂ ਹੁਣ ਆਪਣੇ ਔਨਲਾਈਨ ਨਕਸ਼ੇ ਪਾਸ ਹੋਣ ਲੱਗਿਆ ਉਹਦੇ ਵਿੱਚ ਡੈਵਲਿੰਗ ਯੂਨਿਟ ਦਾ ਚੱਕਰ ਜਿਹਾ ਪੈਂਦਾ ਨਾ, ਇਹ ਕਹਿੰਦਾ ਵੀ ਡੈਵਲਿੰਗ ਕੀ ਹੁੰਦੀ ਆ, ਕਹਿੰਦਾ ਡੈਵਲਿੰਗ ਮੀਨਸ ਜਿਹੜੀ ਬਿਲਡਿੰਗ ਜਾਂ ਬਿਲਡਿੰਗ ਦਾ ਕੋਈ ਹਿੱਸਾ ਇੱਕ ਫੈਮਿਲੀ ਦੇ ਰਹਿਣ ਵਾਸਤੇ ਵਰਤਿਆ ਜਾਂਦਾ ਉਹਨੂੰ ਆਪਾਂ ਡੈਵਲਿੰਗ ਕਹਿੰਦੇ ਹਾਂ, ਜਾਂ ਫਿਰ ਉਹਨੂੰ ਆਪਾਂ ਡੈਵਲਿੰਗ ਯੂਨਿਟ ਕਹਿ ਦਿੰਦੇ ਹਾਂ। ਹੁਣ 2.53 ਦੇ ਵਿੱਚ ਐਗਜ਼ਿਟ ਬਾਰੇ ਦੱਸਿਆ, ਕਹਿੰਦੇ ਵੀ
ਇੱਕ ਇਹੋ ਜਿਹਾ ਪੈਸੇਜ ਜਿਹਦੇ ਵਿੱਚੋਂ ਲੰਘ ਕੇ ਬੰਦਾ ਬਿਲਡਿੰਗ ਦੇ ਵਿੱਚੋਂ ਕਿਸੇ ਓਪਨ ਜਗ੍ਹਾ ਜਾਂ ਸਟਰੀਟ ਦੇ ਵਿੱਚ ਚਲੇ ਜਾਵੇ, ਉਹਨੂੰ ਆਪਾਂ ਐਗਜ਼ਿਟ ਮੰਨਦੇ ਹਾਂ। ਇਹ ਫਾਇਰ ਸੇਫਟੀ ਵਗੈਰਾ ਦੇ ਵਿੱਚ ਕੰਮ ਆਉਂਦਾ। ਉਸ ਤੋਂ ਬਾਅਦ ਜੀ 2.68 ਦੇ ਵਿੱਚ ਫਲੋਰ ਨੂੰ ਡਿਫਾਈਨ ਕੀਤਾ ਵੀ ਫਲੋਰ ਕਿਹਨੂੰ ਕਹਿੰਦੇ ਨੇ। ਆਪਾਂ ਤਾਂ ਫਲੋਰ ਫਰਸ਼ ਵਾਲਾ ਸਮਝਦੇ ਹਾਂ ਨਾ, ਇਹਨਾਂ ਦੇ ਮਤਲਬ 'ਚ ਫਲੋਰ ਹੈਗੀ ਆ ਵੀ ਜਿਹੜੀ ਇਹੋ ਜਿਹੀ ਸਲੈਬ ਜਾਂ ਛੱਤ ਜਿਹਦੇ ਵਿੱਚ ਸਲੈਬ ਵੀ ਇਨਕਲੂਡ ਹੁੰਦੀ ਆ, ਉਹਦੇ ਉੱਤੇ ਆਪਾਂ ਫਰਸ਼ ਵੀ ਲਾ ਦਿੰਦੇ ਹਾਂ, ਉਹ ਸਾਰਾ ਜਿਹੜਾ ਪੋਰਸ਼ਨ ਆ ਜਿਹਦੇ ਉੱਤੇ ਆਪਾਂ ਫਿਰ ਬਿਲਡਿੰਗ ਬਣਾ ਕੇ ਰਹਿਣ ਲੱਗ ਜਾਂਦੇ ਹਾਂ, ਮਤਲਬ ਜਿਹਦੇ 'ਤੇ ਲੋਕ ਤੁਰੇ ਫਿਰਦੇ ਆ, ਛੱਤ ਤੋਂ ਇਲਾਵਾ ਜਿਹੜੀਆਂ ਥੱਲੇਲੀਆਂ ਆਪਣੀਆਂ ਸਲੈਬਾਂ ਹੁੰਦੀਆਂ ਨੇ ਉਹਨਾਂ ਨੂੰ ਫਲੋਰ ਕਹਿੰਦੇ ਆ ਇਹ, ਠੀਕ ਆ। ਜਿਹੜਾ ਤਾਂ ਗਰਾਊਂਡ ਫਲੋਰ ਹੋ ਗਿਆ ਉਹਨੂੰ ਤਾਂ ਗਰਾਊਂਡ ਫਲੋਰ ਕਹਿ ਦਿੰਦੇ ਆ, ਉੱਥੇ ਚਲੋ ਆਪਾਂ ਸਲੈਬ ਨਹੀਂ ਪਾਉਂਦੇ ਪਰ ਫਰਸ਼ ਤਾਂ ਆਪਾਂ ਲਾਉਂਦੇ ਹਾਂ। ਉਸ ਤੋਂ ਬਾਅਦ ਜਿਹੜਾ ਫਸਟ ਫਲੋਰ ਆ ਉਹਨੂੰ ਫਲੋਰ 1 ਕਹਿੰਦੇ ਆ, ਜਿਹਦੇ 'ਤੇ ਆਪਾਂ ਸਲੈਬ ਪਾ ਕੇ ਫਰਸ਼ ਲਾ ਦਿੰਦੇ ਹਾਂ। ਉਸ ਤੋਂ ਬਾਅਦ ਜਿਹੜਾ ਅਗਲਾ ਫਲੋਰ ਆ ਉਹਨੂੰ ਫਲੋਰ 2 ਕਹਿੰਦੇ ਆ, ਜਿਹਦੇ ਵਿੱਚ ਆਪਾਂ ਫਿਰ ਸਲੈਬ ਪਾ ਕੇ ਫਰਸ਼ ਲਾ ਦਿੰਦੇ ਹਾਂ। ਜਿਹੜਾ ਆਪਣਾ ਲਾਸਟ ਵਾਲੀ ਜਿਹਨੂੰ ਆਪਾਂ ਰੂਫ ਕਹਿੰਦੇ ਹਾਂ, ਉਹਦੇ ਵਿੱਚ ਫਿਰ ਆਪਾਂ ਸਲੈਬ ਪਾ ਕੇ ਉੱਪਰ ਫਰਸ਼ ਨਹੀਂ ਲਾਉਂਦੇ, ਉੱਪਰ ਟਾਇਲ ਟੈਰਫਿੰਗ ਕਰ ਦਿੰਦੇ ਹਾਂ। ਉਸ ਤੋਂ ਬਾਅਦ ਹੈਗਾ ਜੀ 2.69 ਫਲੋਰ ਏਰੀਆ ਰੇਸ਼ੋ FAR। FAR ਦਾ ਫਾਰਮੂਲਾ ਹੁੰਦਾ ਸਿੱਧਾ ਹੀ, ਇਹਨਾਂ ਨੇ ਇਹ 'ਚ ਦੱਸਿਆ ਵੀ ਹੋਇਆ ਵੀ ਫਲੋਰ ਏਰੀਆ ਰੇਸ਼ੋ ਬਰਾਬਰ ਹੈ ਟੋਟਲ ਕਵਰਡ ਏਰੀਆ ਔਨ ਆਲ ਫਲੋਰਸ ਬਟਾ ਪਲੋਟ ਏਰੀਆ। ਅੱਗੇ 2.7 ਦੱਸਿਆ ਹੋਇਆ ਇਹਨਾਂ ਨੇ, ਫੁਟਿੰਗ ਬਾਰੇ ਦੱਸਿਆ ਵੀ ਫੁਟਿੰਗ ਕੀ ਹੁੰਦੀ ਹੈ। ਬ੍ਰਿਕ ਵਰਕ 'ਚ, ਸਟੋਨ ਮੈਸਨਰੀ 'ਚ ਜਾਂ ਕੰਕਰੀਟ ਬਣਿਆ ਹੋਇਆ ਬੇਸ, ਕੰਧ ਦਾ ਜਾਂ ਕੋਲਮ ਦਾ, ਜਿਹਦੇ ਦੁਆਰਾ ਜਿਹੜਾ ਆਪਣੀ ਕੰਧ ਦਾ ਜਾਂ ਕੋਲਮ ਦਾ ਜਿਹੜਾ ਸਾਰਾ ਵਜਨ ਆ ਉਹ ਧਰਤੀ 'ਚ ਚਲਿਆ ਜਾਂਦਾ, ਉਹਨੂੰ ਆਪਾਂ ਫੁਟਿੰਗ ਕਹਿੰਦੇ ਹਾਂ। ਉਸ ਤੋਂ ਬਾਅਦ ਫਾਊਂਡੇਸ਼ਨ ਕਿਹਨੂੰ ਕਹਿੰਦੇ ਨੇ? ਫੁਟਿੰਗ ਤਾਂ ਹੋ ਗਈ ਨਾ, ਵੀ ਜਿਹੜੀ ਕੰਧ ਦੀ ਨਿਊ ਹੈ ਜਾਂ ਕਿਸੇ ਚੀਜ਼ ਦੀ ਨਿਊ ਆ ਉਹਨੂੰ ਫੁਟਿੰਗ ਕਹਿੰਦੇ ਨੇ। ਹੁਣ ਫਾਊਂਡੇਸ਼ਨ ਕੀ ਆ 2.7 ਜਿਹਦੇ ਬਾਰੇ ਦੱਸਿਆ, ਉਹ ਕਹਿੰਦੇ ਵੀ ਇੱਕ ਸਬ ਸਟਰਕਚਰ ਆ ਜਿਹੜੀ ਅਰੇਂਜਮੈਂਟ ਆਫ ਕੋਲਮ ਔਰ ਵਾਲਫ ਨੂੰ ਜਾਂ ਉਹਨਾਂ ਦਾ ਲੋਡ ਧਰਤੀ ਨੂੰ ਲੈ ਕੇ ਜਾਂਦੀ ਆ। ਮਤਲਬ ਇਹਨੂੰ ਆਪਾਂ ਜੇ ਸਿੱਧਾ ਸਿੱਧਾ ਸਮਝੀਏ ਤਾਂ ਇਹਦਾ ਮਤਲਬ ਇਹ ਆ, ਫੁਟਿੰਗ ਤਾਂ ਹੁੰਦੀ ਆ ਵੀ ਇੱਕ ਕੋਲਮ ਦਾ ਕੋਲਮ ਦੀ ਫੁਟਿੰਗ ਹੋ ਗਈ। ਜਦੋਂ ਕਾਫੀਆਂ ਸਾਰੀਆਂ ਫੁਟਿੰਗ ਇਕੱਠੀਆਂ ਹੋ ਜਾਂਦੀਆਂ ਨੇ ਤੇ ਉਹਨਾਂ ਨੂੰ ਆਪਾਂ ਜੋੜ ਦਿੰਦੇ ਆ ਆਪਸ ਦੇ ਵਿੱਚ ਤੇ ਉਹ ਫਿਰ ਇਕੱਠੀਆਂ ਜਿਹੜਾ ਇੱਕ ਸਿਸਟਮ ਬਣ ਜਾਂਦਾ ਨਾ ਉਹਨੂੰ ਫਾਊਂਡੇਸ਼ਨ ਕਹਿੰਦੇ ਆ। ਪੁਆਇੰਟ ਉਹ ਹੈਗਾ 2.72। ਇਹਦੇ ਵਿੱਚ ਇਹਨਾਂ ਨੇ ਫਰੰਟ ਫੈਟਬੈਕ ਦੱਸਿਆ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਅਸੀਂ ਫਰੰਟ ਫੈਟਬੈਕ 'ਚ ਬਣਾ ਸਕਦੇ ਹਾਂ। ਫਰੰਟ ਫੈਟਬੈਕ ਨੂੰ ਇਹ ਦੱਸਦਾ ਕਹਿੰਦਾ ਵੀ ਜਿਹੜਾ ਏਰੀਆ ਪੈਰਲਰ ਆ ਸਟਰੀਟ ਦੇ, ਜਿਹੜੀ ਸਾਡੀ ਗਲੀ ਆ ਉਹਦੇ ਪੈਰਲਰ ਜਿਹੜਾ ਏਰੀਆ ਛੱਡਿਆ ਜਾਂਦਾ ਬਿਲਕੁਲ ਸਟਰੀਟ ਦੇ ਨਾਲ ਲੱਗਦਾ ਉਹਨੂੰ ਫਰੰਟ ਫੈਟਬੈਕ ਆਪਾਂ ਕਹਿੰਦੇ ਹਾਂ। ਤੇ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਅਸੀਂ ਛੱਡ ਸਕਦੇ ਹਾਂ? ਇਹਦੇ ਵਿੱਚ ਅਸੀਂ ਗੇਟ ਬਣਾ ਸਕਦੇ ਹਾਂ, ਗੇਟ ਪੋਸਟ ਬਣਾ ਸਕਦੇ ਹਾਂ, ਸਿਕਿਉਰਟੀ ਗਾਰਡ ਦਾ ਰੂਮ ਬਣਾ ਸਕਦੇ ਹਾਂ ਜਿਹੜਾ ਮੇਨ ਗੇਟ ਦੇ ਨਾਲ ਲੱਗਿਆ ਹੋਊਗਾ। ਉਸ ਤੋਂ ਬਾਅਦ ਏਰੀਆ 50 ਫੁੱਟ ਹੋਵੇ ਅਤੇ ਉਹਦੀ ਜਿਹੜੀ ਵੱਧ ਤੋਂ ਵੱਧ ਹਾਈਟ ਆ ਉਹ 8.5 ਫੁੱਟ ਹੋਵੇ, ਉਹਨੂੰ ਆਪਾਂ ਨਾ FAR 'ਚ ਲਵਾਂਗੇ ਨਾ ਗਰਾਊਂਡ ਕਵਰ 'ਚ ਲਵਾਂਗੇ, ਇਹ ਆਪਾਂ ਬਣਾ ਸਕਦੇ ਹਾਂ ਫਰੰਟ ਫੈਟਬੈਕ ਦੇ ਵਿੱਚ। 2.78 ਗਰਾਊਂਡ ਫਲੋਰ। ਗਰਾਊਂਡ ਫਲੋਰ ਨੂੰ ਇਹ ਕਹਿੰਦੇ ਵੀ ਨੀਅਰੈਸਟ ਟੂ ਦਾ ਗਰਾਊਂਡ, ਜਿਹੜੀ ਜ਼ਮੀਨ ਆ ਉਹਦੀ ਜਿਹੜੀ ਸਭ ਤੋਂ ਨੇੜੇ ਵਾਲੀ ਸਟੋਰੀ ਆ ਉਹਨੂੰ ਆਪਾਂ ਗਰਾਊਂਡ ਫਲੋਰ ਕਹਿੰਦੇ ਹਾਂ। 2.8 ਹੈਬੀਟੇਬਲ ਰੂਮ। ਹੈਬੀਟੇਬਲ ਰੂਮ ਕਿਹਨੂੰ ਕਹਿੰਦੇ ਆ? ਕਹਿੰਦਾ ਉਹ ਰੂਮ ਜਿਹੜਾ ਡਿਜ਼ਾਈਨ ਕੀਤਾ ਗਿਆ ਜਾਂ ਫਿਰ ਜਿਹੜਾ ਵਰਤਿਆ ਜਾਂਦਾ ਕਿਸੇ ਇੱਕ ਜਾਂ ਇੱਕ ਤੋਂ ਵੱਧ ਬੰਦਿਆਂ ਦੁਆਰਾ ਪੜ੍ਹਨ ਲਈ, ਰਹਿਣ ਲਈ, ਸੌਣ ਲਈ, ਖਾਣ ਲਈ ਜਾਂ ਫਿਰ ਕੁਛ ਪਕਾਉਣ ਦੇ ਲਈ। ਕਿਹੜੇ ਕਿਹੜੇ ਰੂਮ ਆ ਜਾਂਦੇ ਨੇ ਇਹਦੇ ਵਿੱਚ? ਲਿਵਿੰਗ ਰੂਮ ਆ ਗਿਆ, ਆਪਣੇ ਡਰਾਇੰਗ ਰੂਮ ਜਾਂ ਬੈੱਡਰੂਮ ਆ ਗਏ। ਇਹਦੇ ਵਿੱਚ ਕਿਹੜੇ ਨਹੀਂ ਆਉਂਦੇ? ਉਹ ਹੈਗੇ ਨੇ ਜਿਵੇਂ ਬਾਥਰੂਮ, ਵਾਟਰ ਕਲੋਜ਼ਟ ਹੋ ਗਈਆਂ, ਲਾਉਂਡਰੀਆਂ ਹੋ ਗਈਆਂ, ਸਰਵਿੰਗ ਅਤੇ ਸਟੋਰੇਜ ਪੈਂਟਰੀਆਂ ਹੋ ਗਈਆਂ, ਕੋਈ ਕੋਰੀਡੋਰ ਹੋ ਗਏ, ਸੈਲਰ ਹੋ ਗਏ, ਜਿਹੜੀਆਂ ਇਹੋ ਚੀਜ਼ਾਂ ਨੇ ਇਹਦੇ ਵਿੱਚ ਨਹੀਂ ਆਉਂਦੀਆਂ। ਇਹਨਾਂ ਨੂੰ ਆਪਾਂ ਹੈਬੀਟੇਬਲ ਰੂਮ ਨਹੀਂ ਮੰਨਦੇ। ਹੈਬੀਟੇਬਲ ਰੂਮ ਸਿਰਫ ਉਹ ਜਿੱਥੇ ਲੰਬੇ ਸਮੇਂ ਲਈ ਜਿਹੜੇ ਲੋਕ ਨੇ ਉਹ ਕੁਛ ਨਾ ਕੁਛ ਕਰਦੇ ਆ, ਉਹਨਾਂ ਨੂੰ ਹੈਬੀਟੇਬਲ ਰੂਮ ਕਹਿੰਦੇ ਆ। ਸੈਲਰ ਹੁੰਦਾ ਆਪਣਾ ਜਿਹੜਾ ਜ਼ਮੀਨ ਦੇ ਵਿੱਚ ਇੱਕ ਬੇਸਮੈਂਟ ਦੀ ਪੱਟੀ ਹੁੰਦੀ ਆ, ਉੱਥੇ ਕੁਛ ਸਮਾਨ ਸਮੂਨ ਆਪਾਂ ਸਟੋਰ ਕਰਦੇ ਆ, ਉਹਨੂੰ ਸੈਲਰ ਕਹਿ ਦਿੰਦੇ ਆ। ਅਗਲਾ ਹੈਗਾ ਭਾਈ 2.85 ਲੇਆਊਟ ਪਲਾਨ। ਲੇਆਊਟ ਪਲਾਨ ਕੀ ਹੁੰਦਾ? ਕਹਿੰਦਾ ਇੱਕ ਇਹੋ ਜਿਹਾ ਪਲਾਨ ਜਿਹਦੇ ਵਿੱਚ ਜਿਹੜਾ ਲੇਆਊਟ ਪਲਾਨ ਇਹ ਡਿਫਾਈਨ ਕਰਦੇ ਨੇ ਨਾ। ਲੇਆਊਟ ਪਲਾਨ ਇੱਥੇ ਇਹਨਾਂ ਦੇ ਲੇਆਊਟ ਪਲਾਨ ਦਾ ਮਤਲਬ ਹੈ ਇੱਕ ਕਮੇਟੀ ਵੱਲੋਂ ਇੱਕ ਪਲਾਨ ਬਣਾ ਕੇ ਦਿੱਤਾ ਜਾਂਦਾ ਜਾਂ ਕਮੇਟੀ ਵੱਲੋਂ ਬਣਾਇਆ ਜਾਂਦਾ, ਜਾਂ ਤੁਸੀਂ ਸਮਝ ਲਓ ਵੀ ਜੇ ਕੋਈ ਕਲੋਨੀ ਆ ਕਲੋਨੀ ਵੱਲੋਂ ਬਣਾਇਆ ਜਾਂਦਾ ਜਿਹਦੇ ਵਿੱਚ ਜਿਹੜੀਆਂ ਆਲੇ ਦੁਆਲੇ ਦੀਆਂ ਪ੍ਰੀਮਿਸਿਸ ਹੁੰਦੀਆਂ ਨੇ, ਪ੍ਰੀਮਿਸਿਸ ਮਤਲਬ ਜਿਹੜਾ ਆਲਾ ਦੁਆਲਾ ਹੁੰਦਾ, ਉਹ ਸਾਰਾ ਕੁਛ ਇਹਦੇ ਵਿੱਚ ਐਕਸਪਲੇਨ ਕੀਤਾ ਹੁੰਦਾ। ਇਹ ਯਾਨੀ ਕਿ ਬਸ ਕਮੇਟੀ ਦੇ ਉਹਦੇ ਵਾਲਾ ਕੰਮ ਆ। ਮੈਂ ਇਹਨੂੰ ਇੱਥੇ ਤਾਂ ਦੱਸਿਆ ਵੀ ਕਈ ਇਹ ਆਪਾਂ ਇਹਨੂੰ ਕਿਤੇ ਲੇਆਊਟ ਪਲਾਨ ਨੂੰ ਉਹ ਸਮਝੀ ਪਲਾਨ ਨਾ ਸਮਝੀ ਜਾਈਏ ਜਿਹੜਾ ਆਪਣਾ ਬੇਸਿਕ ਪਲੈਨਿੰਗ ਪਹਿਲਾਂ ਕਰਕੇ ਦਿੰਦੇ ਹਾਂ, ਜਾਂ ਉਹਨੂੰ ਵੀ ਕਈ ਬੰਦੇ ਲੇਆਊਟ ਪਲਾਨ ਕਹਿੰਦੇ ਆ। ਇੱਥੇ ਇਹ ਬਾਇਲੋਗ ਦੇ ਵਿੱਚ ਲੇਆਊਟ ਪਲਾਨ ਕਹਿੰਦੇ ਆ ਵੀ ਜਿਹੜਾ ਇਹਨਾਂ ਨੇ ਆਪ ਲੇਆਊਟ ਬਣਾਇਆ ਹੋਇਆ ਕਲੋਨੀ ਦਾ ਜਾਂ ਕਿਸੇ ਜ਼ੋਨ ਦਾ ਜਾਂ ਥੋੜ੍ਹੀ ਜਿਹੀ ਜਗ੍ਹਾ ਦਾ ਜਿਹੜਾ ਇਹਨਾਂ ਨੇ ਲੇਆਊਟ ਬਣਾਇਆ ਹੋਇਆ। ਉਸ ਤੋਂ ਬਾਅਦ 2.9 ਉਹਦੇ ਵਿੱਚ ਇਹਨਾਂ ਨੇ ਦੱਸਿਆ ਵੀ ਲੌਬੀ ਇਹ ਕਿਹਨੂੰ ਕਹਿੰਦੇ ਨੇ? ਕਹਿੰਦਾ ਲੌਬੀ ਦਾ ਮਤਲਬ ਉਹ ਜਗ੍ਹਾ ਜਿੱਥੇ ਉਹ ਜਗ੍ਹਾ ਜਿਹੜੀ ਕਵਰਡ ਜਗ੍ਹਾ ਜਿੱਥੇ ਆਲੇ ਦੁਆਲੇ ਵਾਲੇ ਰੂਮਾਂ ਦੇ ਦਰਵਾਜ਼ੇ ਖੁੱਲਦੇ ਆ, ਉਹਨਾਂ ਨੂੰ ਉਹਨੂੰ ਲੌਬੀ ਕਹਿੰਦੇ ਨੇ। ਹਾਂਜੀ 2.96 ਮਮਟੀ ਜਾਂ ਫਿਰ ਸਟੇਅਰ ਦਾ ਕਵਰ, ਸਟੇਅਰ ਕਵਰ ਇਹ ਕਿਹਨੂੰ ਕਹਿੰਦੇ ਨੇ? ਇਹ ਇੱਕ ਇਹੋ ਜਿਹੀ ਸਟਰਕਚਰ ਆ ਜਿਹਦੇ ਵਿੱਚ ਰੂਫ ਵੀ ਹੁੰਦੀ ਆ, ਮਤਲਬ ਇਹਦੇ 'ਤੇ ਛੱਤ ਪਾਈ ਹੁੰਦੀ ਆ ਆਪਾਂ ਨੇ, ਅਤੇ ਇਹ ਸਟੇਅਰ ਕੇਸ ਦੇ ਉੱਪਰ ਬਣੀ ਹੁੰਦੀ ਆ ਅਤੇ ਸਟੇਅਰ ਕੇਸ ਨੂੰ ਬਚਾਉਂਦੀ ਆ ਮੀਂਹ ਕਣੀ ਤੋਂ, ਠੀਕ ਹੈ। ਪਰ ਇਹ ਕਹਿੰਦੇ ਵੀ ਮਮਟੀ ਦੇ ਵਿੱਚ ਕੋਈ
ਬੰਦਾ ਨਹੀਂ ਰਹਿਣਾ ਚਾਹੀਦਾ, ਜੇ ਉਹਦੇ ਵਿੱਚ ਜੇ ਕੋਈ ਬੰਦਾ ਰਹਿੰਦਾ ਫਿਰ ਉਹਨੂੰ ਮਮਟੀ ਨਹੀਂ ਮੰਨਦੇ ਆਪਾਂ। ਹਾਂਜੀ 2.102 ਦੇ ਵਿੱਚ ਇਹਨਾਂ ਨੇ ਅੱਗੇ ਦੱਸਿਆ ਨਰਸਿੰਗ ਹੋਮ ਅਤੇ ਹੋਸਪਿਟਲ, ਇਹਦੇ ਵਿੱਚ ਦੱਸਦੇ ਨੇ ਵੀ ਨਰਸਿੰਗ ਹੋਮ ਕਿਹਨੂੰ ਕਹਿੰਦੇ ਆ, ਕਹਿੰਦਾ ਇੱਕ ਇਹੋ ਜਿਹੀ ਜਗ੍ਹਾ ਜਿੱਥੇ ਕਿਸੇ ਕੋਈ ਇਹੋ ਜਿਹਾ ਬੰਦਾ ਜਿਹੜਾ ਬਿਮਾਰ ਹੋਵੇ ਉਹਨੂੰ ਲਿਆਂਦਾ ਜਾਂਦਾ, ਉੱਥੇ ਉਹਨੂੰ ਉਹਦੀ ਆਬਜ਼ਰਵੇਸ਼ਨ ਕੀਤੀ ਜਾਂਦੀ ਆ, ਨਰਸਿੰਗ ਕੀਤੀ ਜਾਂਦੀ ਹੈ ਅਤੇ ਟ੍ਰੀਟਮੈਂਟ ਕੀਤਾ ਜਾਂਦਾ। 10 ਨੰਬਰ ਆਫ ਬੈੱਡ ਵੀ ਆਪਾਂ ਲਾ ਸਕਦੇ ਹਾਂ ਨਰਸਿੰਗ ਹੋਮ ਦੇ ਵਿੱਚ, ਅਤੇ ਇਹਦੇ ਵਿੱਚ ਇੱਕ ਮੈਟਰਨਿਟੀ ਹੋਮ ਵੀ ਹੋ ਸਕਦਾ। ਉਸ ਤੋਂ ਬਾਅਦ ਹੋਸਪਿਟਲ ਕਿਹਨੂੰ ਕਹਿੰਦੇ ਆ, ਉਹ ਕਹਿੰਦਾ ਵੀ ਇੱਕ ਇਹੋ ਜਿਹੀ ਐਕਸਟੈਬਲਿਸ਼ਮੈਂਟ ਆ ਜਾਂ ਇਹੋ ਜਿਹੀ ਬਿਲਡਿੰਗ ਆ ਜਿੱਥੇ ਇਨਡੋਰ ਪੇਸ਼ੈਂਟ ਇਨਡੋਰ ਪੇਸ਼ੈਂਟਾਂ ਨੂੰ ਐਡਮਿਟ ਕੀਤਾ ਜਾਂਦਾ ਅਤੇ ਬਹੁਤ ਸਾਰੀਆਂ ਕਲੀਨਿਕਲ ਅਤੇ ਸਰਜੀਕਲ ਪ੍ਰੋਸੀਜਰਸ ਕੀਤੇ ਜਾਂਦੇ ਨੇ। ਉਸ ਤੋਂ ਬਾਅਦ ਅਗਲੀ ਗੱਲ ਹੈਗੀ ਆ 2.103 ਅਕੂਪੈਂਸੀ ਜਾਂ ਫਿਰ ਯੂਜ਼। ਅਕੂਪੈਂਸੀ ਜਾਂ ਯੂਜ਼ ਦਾ ਮਤਲਬ ਇਹ ਹੁੰਦਾ ਵੀ ਜਿਹੜੀ ਆਪਾਂ ਬਿਲਡਿੰਗ ਬਣਾਈ ਆ ਉਹਨੂੰ ਆਪਾਂ ਨੇ ਵਰਤਣਾ ਕਿਵੇਂ ਆ, ਉਹਨੂੰ ਕਮਰਸ਼ੀਅਲ ਤੌਰ 'ਤੇ ਵਰਤਣਾ, ਇੰਡਸਟਰੀਅਲ ਤੌਰ 'ਤੇ ਵਰਤਣਾ, ਜਾਂ ਫਿਰ ਉਹਨੂੰ ਆਪਾਂ ਨੇ ਰੈਜੀਡੈਂਸ਼। 2.105 ਓਪਨ ਸਪੇਸ, ਕਹਿੰਦਾ ਇੱਕ ਇਹੋ ਜਿਹਾ ਏਰੀਆ ਜਿਹੜਾ ਫਾਈਟ ਦੇ ਵਿੱਚ ਓਪਨ ਟੂ ਸਕਾਈ ਛੱਡਿਆ ਜਾਂਦਾ, ਪੈਰਾਪੈਟ, ਇੱਕ ਇਹੋ ਜਿਹੀ ਛੋਟੀ ਜਿਹੀ ਦੀਵਾਰ ਜਾਂ ਰੇਲਿੰਗ ਜਿਹੜੀ ਰੂਫ ਦੇ ਐਜ 'ਤੇ ਬਣਾਈ ਜਾਂਦੀ ਆ ਜਾਂ ਕਿਸੇ ਫਲੋਰ ਦੇ ਐਜ 'ਤੇ ਬਣਾਈ ਜਾਂਦੀ ਆ, ਫਲੋਰ ਤਾਂ ਸਮਝ ਗਏ ਨਾ ਹੁਣ ਕੀ ਹੁੰਦਾ, ਫਲੋਰ ਦੇ ਐਜ 'ਤੇ ਬਣਾਈ ਜਾਂਦੀ ਆ ਜਿਹਦੀ ਹਾਈਟ 3 ਫੁੱਟ ਤੋਂ ਜ਼ਿਆਦਾ ਨਾ ਹੋਵੇ। ਉਸ ਤੋਂ ਬਾਅਦ ਦੱਸਿਆ ਜੀ 2.108 ਦੇ ਵਿੱਚ ਪਾਰਕਿੰਗ ਬਾਰੇ, ਇਹ ਕਹਿੰਦੇ ਵੀ ਇਨਕਲੋਜ਼ਡ ਜਾਂ ਅਨਇਨਕਲੋਜ਼, ਜਾਂ ਤਾਂ ਉਹਦੇ ਨਾਲ ਨਾਲ ਦੀਵਾਰੀ 4 ਦੀਵਾਰੀ ਕੀਤੀ ਹੋਵੇ ਜਾਂ ਨਾ ਕੀਤੀ ਹੋਵੇ, ਜਾਂ ਕਵਰਡ ਹੋਵੇ ਜਾਂ ਓਪਨ ਹੋਵੇ, ਕੋਈ ਵੀ ਇਹੋ ਜਿਹਾ ਏਰੀਆ ਜਿਹੜਾ ਵਹੀਕਲਾਂ ਦੇ ਖੜਾਉਣ ਵਾਸਤੇ ਅਸੀਂ ਬਣਾਇਆ ਹੋਇਆ ਉਹਨੂੰ ਵੀ ਪਾਰਕ। ਪ੍ਰਾਈਵੇਟ ਪਾਰਕਿੰਗ ਉਹ ਪਾਰਕਿੰਗ ਜਿੱਥੇ ਅਸੀਂ ਆਪਣੇ ਜਿਹੜੇ ਪ੍ਰਾਈਵੇਟ ਵਹੀਕਲ ਨੇ ਉਹ ਖੜੇ ਕਰਨੇ ਨੇ। ਪਬਲਿਕ ਪਾਰਕਿੰਗ ਉਹ ਵੀ ਪਾਰਕਿੰਗ ਜਿੱਥੇ ਅਸੀਂ ਲੋਕਾਂ ਦੀਆਂ ਗੱਡੀਆਂ ਖੜਾਉਣ ਦੇ ਵਾਸਤੇ ਜਗ੍ਹਾ ਬਣਾਉਣੀਆਂ, ਜਿਵੇਂ ਮੈਰਿਜ ਪੈਲਫਾਂ ਦੇ ਵਿੱਚ ਆਪਾਂ ਉਹ ਕਰ ਦਿੰਦੇ ਹਾਂ ਨਾ ਵੀ ਲੋਕ ਆ ਕੇ ਆਪਣੀਆਂ ਗੱਡੀਆਂ ਖੜਾਉਂਦੇ ਆ, ਜਾਂ ਕੋਈ ਕਮਰਸ਼ੀਅਲ ਸਪੇਸਿਸ ਹੁੰਦੀਆਂ ਨੇ ਜਿੱਥੇ ਲੋਕ ਆ ਕੇ ਗੱਡੀਆਂ ਖੜਾਉਂਦੇ ਆ, ਉਹਦੇ ਵਿੱਚ ਇਹ ਕਹਿੰਦੇ ਵੀ ਆਪਾਂ ਨੂੰ ਇਹ ਕਰਨਾ ਜ਼ਰੂਰੀ ਆ ਵੀ ਜਿਹੜੀ ਸਾਡੀ ਜਿਹੜੀ ਪਾਰਕਿੰਗ ਸਪੇਸ ਆ ਇਹਨੂੰ ਇੱਕ ਡਰਾਈਵ ਵੇ ਜਿਹੜਾ ਵਿੱਚ ਲੱਗਿਆ ਗਲੀ ਦੇ ਨਾਲ ਲੱਗਦਾ ਹੋਵੇ ਉਹਨੂੰ ਜਗ੍ਹਾ ਦੇਣ ਦੀ ਲੋੜ ਆ, ਮਤਲਬ ਲੰਘਣ ਬਣਨ ਦੀ, ਉਹ ਤਾਂ ਜੋ ਆਪਾਂ ਨੂੰ ਪਤਾ ਹੀ ਆ ਉਹਦੇ ਬਿਨਾਂ ਫਿਰ ਗੱਡੀਆਂ ਕਿਵੇਂ ਬਣਨਗੀਆਂ, ਉਹ ਦੇਣੀ ਜ਼ਰੂਰੀ ਆ। ਉਸ ਤੋਂ ਬਾਅਦ ਇਹਨਾਂ ਨੇ ਦੱਸਿਆ ਵੀ ਜਿਹੜਾ ਉਹਦਾ ਲੈਵਲ ਆ ਨਾ ਉਹ ਆਪਾਂ ਨੇ ਰੋਡ ਲੈਵਲ ਹੀ ਰੱਖਣਾ ਲਗਭਗ, ਬਸ ਉਹਨੂੰ ਇੰਨਾ ਕੁ ਚੱਕ ਲੈਣਾ ਵੀ ਜਿਹੜਾ ਕੋਈ ਬਾਰਿਸ਼ ਦਾ ਪਾਣੀ ਆ ਉਹ ਬਾਹਰ ਨੂੰ ਨਿਕਲ ਜਾਵੇ, ਠੀਕ ਹੈ। ਕਹਿੰਦੇ ਹੁਣ ਤੁਸੀਂ ਮੰਨ ਲਓ ਜੇ ਉਹਨੂੰ ਵੱਧ ਚੱਕ ਲੈਂਦੇ ਹੋ ਤਾਂ ਕੋਈ ਉਹਦੇ 'ਤੇ ਉੱਥੇ ਪਹੁੰਚਣ ਵਾਸਤੇ ਜਿਹੜਾ ਤੁਸੀਂ ਰੈਂਪ ਰੁੰਪ ਬਣਾਉਣਾ ਹੈ ਤੁਸੀਂ ਗਲੀ 'ਚ ਨਹੀਂ ਬਣਾ ਸਕਦੇ, ਤੁਹਾਨੂੰ ਪਰਮਿਟ ਨਹੀਂ ਕੀਤਾ ਜਾਊਗਾ ਵੀ ਤੁਸੀਂ ਰੋਡ ਦੇ ਉੱਤੇ ਮੌਨਾ ਰੈਂਪ ਬਣਾ ਲਓ ਆਪਦਾ। ਉਸ ਤੋਂ ਬਾਅਦ ਦੱਸਿਆ ਜੀ ਪਾਰਟੀਸ਼ਨ 2.019 ਦੇ ਵਿੱਚ, ਇਹ ਕਹਿੰਦਾ ਵੀ ਨੋਨ ਲੋਡ ਬੀਰਿੰਗ ਵਾਲ ਹੁੰਦੀ ਹੈ, ਇਹੋ ਜਿਹੀ ਕੰਧ ਜਿਹਦੇ 'ਤੇ ਕੋਈ ਵਜਨ ਨਹੀਂ ਪੈਂਦਾ ਉਹਨੂੰ ਆਪਾਂ ਕਹਿ ਦਿੰਦੇ ਹਾਂ, ਆਹ ਕਹਿ ਦਿੰਦੇ ਹਾਂ ਪਾਰਟੀਸ਼ਨ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਹੈਗਾ ਜੀ 2.113 ਪਲੈਨ, ਕਹਿੰਦਾ ਇੱਕ ਇਹੋ ਜਿਹਾ ਪੋਰਸ਼ਨ ਸਟਰਕਚਰ ਦਾ ਗਰਾਊਂਡ ਅਤੇ ਜਿਹੜਾ ਆਪਣਾ ਗਰਾਊਂਡ ਫਲੋਰ ਆ ਉਹਦੇ ਵਿੱਚ ਵਾਲੀ ਜਿਹੜੀ ਜਗ੍ਹਾ ਉਹਨੂੰ ਪਲਿੰਥ ਕਹਿੰਦੇ ਆਪਾਂ। ਅਗਲਾ ਹੈਗਾ 2.114, ਇਹ ਹੈਗਾ ਪਲਿੰਥ ਏਰੀਆ। ਪਲਿੰਥ ਏਰੀਆ ਕਹਿੰਦਾ ਵੀ ਜਿਹੜਾ ਚਾਹੇ ਕੋਈ ਗਰਾਊਂਡ ਫਲੋਰ ਆ ਚਾਹੇ ਉੱਪਰ ਵਾਲਾ ਫਲੋਰ ਆ ਉਹਦੇ ਪਲਿੰਥ ਲੈਵਲ 'ਤੇ ਜਿੰਨਾ ਏਰੀਆ ਬਣਦਾ ਨਾ ਉਹਨੂੰ ਪਲਿੰਥ ਏਰੀਆ ਕਹਿੰਦੇ ਆ, ਜਿਹੜਾ ਉਹਦਾ ਕਵਰਡ ਏਰੀਆ ਬਣਦਾ ਪਲਿੰਥ ਲੈਵਲ। ਉਸ ਤੋਂ ਬਾਅਦ ਜਿਹੜਾ ਪਲਿੰਥ ਲੈਵਲ ਆ, ਪਲਿੰਥ ਲੈਵਲ ਦਾ ਮਤਲਬ ਹੁੰਦਾ ਗਰਾਊਂਡ ਫਲੋਰ ਤੋਂ ਜਿੰਨੀ ਬਿਲਡਿੰਗ ਉੱਚੀ ਚੱਕੀ ਆ ਜਿਹੜਾ ਉਹ ਲੈਵਲ ਆ ਉਹਨੂੰ ਕਹਿੰਦੇ ਨੇ। ਪਲਿੰਥ ਹਾਈਟ ਵੀ ਉਹਦੇ ਨਾਲ ਮਿਲਦੀ ਜੁਲਦੀ ਚੀਜ਼ ਆ। 2.114, 2.115, 2.16 ਪਲਿੰਥ ਏਰੀਆ, ਪਲਿੰਥ ਲੈਵਲ ਅਤੇ ਪਲਿੰਥ ਹਾਈਟ ਨੂੰ ਡਿਫਾਈਨ ਕੀਤਾ ਹੋਇਆ। ਉਸ ਤੋਂ ਬਾਅਦ 2.117 ਦੇ ਵਿੱਚ ਦੱਸਿਆ ਵੀ ਪਲੋਟ ਜਾਂ ਸਾਈਟ ਕੀ ਹੁੰਦੀ ਆ। ਕਹਿੰਦਾ ਇਹ ਪਾਰਸਲ ਔਰ ਪੀਸ ਆਫ ਲੈਂਡ, ਕਹਿੰਦਾ ਜ਼ਮੀਨ ਦਾ ਉਹ ਟੋਟਾ ਜਿਹਦੇ 'ਤੇ ਜਾਂ ਤਾਂ ਬਿਲਡਿੰਗ ਬਣੀ ਹੋਵੇ ਜਾਂ ਆਪਾਂ ਬਣਾਉਣੀ ਹੋਵੇ ਅਤੇ ਜਿਹਦਾ ਜਿਹੜਾ ਕਿਸੇ ਵੀ ਗਲੀ ਜਾਂ ਰੋਡ ਦੇ ਉੱਤੋਂ ਅਸੈਸੇਬਲ ਹੋਵੇ ਉਹਨੂੰ ਪਲੋਟ ਮੰਨਿਆ ਜਾਂਦਾ। ਗੱਲ ਤਾਂ ਉਹੀ ਆ, ਪਲੋਟ ਜਿਹਨੂੰ ਆਪਾਂ ਕਹਿੰਦੇ ਉਹੀ ਪਲੋਟ ਆ, ਪਰ ਇਹਦੇ ਵਿੱਚ ਇੱਕ ਛੋਟੀ ਜਿਹੀ ਸਮਝਣ ਵਾਲੀ ਗੱਲ ਆ ਵੀ ਇਹੋ ਜਿਹੀ ਜਗ੍ਹਾ ਜਿਹਦੇ 'ਤੇ ਆਪਾਂ ਬਿਲਡਿੰਗ ਨਹੀਂ ਬਣਾ ਸਕਦੇ ਉਹਨੂੰ ਆਪਾਂ ਪਲੋਟ ਨਹੀਂ ਕਹਾਂਗੇ। ਨੰਬਰ 2 'ਤੇ ਇਹੋ ਜਿਹੀ ਜਗ੍ਹਾ ਜਿੱਥੇ ਪਹੁੰਚਣ ਵਾਸਤੇ ਕੋਈ ਰਾਹ ਹੀ ਨਾ ਲੱਗਦਾ ਹੋਵੇ, ਮਤ ਮਤਲਬ ਉਹਨੂੰ ਕੋਈ ਇਹੋ ਜਿਹਾ ਟੋਟਾ ਹੋਵੇ ਜਿਹੜਾ ਕਿਸੇ ਦਾ ਹੋਵੇ ਅਤੇ ਉਹਦੇ ਆਲੇ ਦੁਆਲੇ ਕਿਸੇ ਹੋਰ ਬੰਦੇ ਦੀ ਜ਼ਮੀਨ ਹੋਵੇ ਉੱਥੇ ਜਾਣ ਨੂੰ ਕੋਈ ਜਗ੍ਹਾ ਹੀ ਨਾ ਹੋਵੇ ਤਾਂ ਉਹਨੂੰ ਵੀ ਆਪਾਂ ਪਲੋਟ ਨਹੀਂ ਕਹਾਂਗੇ, ਨੋਰਮਲ ਆਪਣੇ ਐਵੇਂ ਹੁੰਦਾ ਨਹੀਂ ਹੈਗਾ ਵੈਸੇ। ਉਸ ਤੋਂ ਬਾਅਦ ਹੈਗਾ 2.118 ਪਲੋਟਡ ਡਿਵੈਲਪਮੈਂਟ। ਪਲੋਟਡ ਡਿਵੈਲਪਮੈਂਟ ਦਾ ਮਤਲਬ ਹੈਗਾ ਜਦੋਂ ਕਿਸੇ ਜਗ੍ਹਾ ਨੂੰ ਪਲੋਟ ਰੈਗੂਲਰ 5 ਦੇ ਪਲੋਟ ਕੱਟ ਕੇ ਵੰਡ ਦਿੱਤਾ ਜਾਂਦਾ, ਠੀਕ ਆ, ਉਹਨੂੰ ਪਲੋਟਡ ਡਿਵੈਲਪਮੈਂਟ ਕਹਿੰਦੇ ਆ ਵੀ ਆਪਾਂ ਪਲੋਟ ਬਣਾ ਬਣਾ ਕੇ ਉਹਦੇ ਵੇਚ ਦਈਏ ਜਾਂ ਕਮੇਟੀ ਉਹਦੇ ਪਲੋਟ ਕੱਟ ਕੇ ਲੇਆਊਟ ਪਲੈਨ ਬਣਾ ਦੇਵੇ ਕੰਸਟਰਕਸ਼ਨ ਵਾਸਤੇ, ਲੋਕਾਂ ਨੂੰ ਘਰ ਬਣਾਉਣ ਵਾਸਤੇ ਆਗਿਆ ਦੇਣ ਵਾਸਤੇ। 2.119 ਦੇ ਵਿੱਚ ਦੱਸਿਆ ਜੀ ਪੋਰਚ ਕੀ ਹੁੰਦਾ, ਇਹ ਕਹਿੰਦੇ ਜੀ ਪੋਰਚ ਉਹ ਜਗ੍ਹਾ ਕਵਰਡ ਸਰਫੇਸ ਆ ਜਿਹੜਾ ਪਿੱਲਰਾਂ ਦੇ ਉੱਪਰ ਹੁੰਦਾ ਅਤੇ ਉਹ ਜਿਹੜੀ ਬਿਲਡਿੰਗ ਦੀ ਅਪਰੋਚ ਆ ਜਿੱਥੋਂ ਆਪਾਂ ਬਿਲਡਿੰਗ ਦੇ ਵਿੱਚ ਵੜਦੇ ਹਾਂ ਉਹ ਜਗ੍ਹਾ ਨੂੰ ਕਵਰ ਕਰਨ ਵਾਸਤੇ ਜਾਂ ਪ੍ਰੋਟੈਕਟ ਕਰਨ ਵਾਸਤੇ ਵਰਤਿਆ ਜਾਂਦਾ। 2.120 ਦੇ ਵਿੱਚ ਪ੍ਰੋਹੈਬਿਟਡ ਏਰੀਆ ਦੱਸੇ ਹੋਏ ਨੇ ਜਾਂ ਫਿਰ ਰਿਸਟ੍ਰਿਕਟਡ ਏਰੀਆ ਆਫ ਵੀ ਇੱਕ ਆਪਣੇ ਉਹਦੇ ਵਿੱਚ ਗੱਲ ਆਉਂਦੀ ਆ, ਫੋਰਮ ਆਪਾਂ ਭਰਦੇ ਹੁੰਦੇ ਹਾਂ ਉਹਦੇ ਵਿੱਚ। ਅਸਲ ਦੇ ਵਿੱਚ ਇਹ ਇਹਨਾਂ ਨੇ ਦੱਸਿਆ ਕਹਿੰਦੇ ਵੀ ਇਹ ਉਹੋ ਜਿਹੇ ਉਹ ਏਰੀਆ ਨੇ ਜਿਨ੍ਹਾਂ ਨੂੰ ਇੱਕ ਨਾ ਬਿਲਡਿੰਗ ਆਪਣੇ ਰੂਲ ਐਂਡ ਰੈਗੂਲੇਸ਼ਨ ਦਾ ਇੱਕ ਸੈਕਸ਼ਨ ਆ, ਇਹ ਕੋਈ ਕਾਨੂੰਨ ਆ, ਇਹ AMAFR ਐਕਟ 2010 ਦਾ, ਉਹਦੇ ਅਨੁਸਾਰ ਜਿਹੜੇ ਉਹਦੇ ਅੰਡਰ ਆਉਂਦੇ ਨੇ ਜਿਹੜੇ ਏਰੀਏ ਉਹਨਾਂ ਨੂੰ ਆਪਾਂ ਪ੍ਰੋਹੈਬਿਟਡ ਏਰੀਏ ਕਹਿੰਦੇ ਹਾਂ। ਹਾਂਜੀ, ਉਸ ਤੋਂ ਬਾਅਦ ਹੈਗਾ 2.126
ਜਿੱਥੋਂ ਆਮ ਪਬਲਿਕ ਆਮ ਤੌਰ 'ਤੇ ਲੰਘ ਸਕਦੀ ਆ ਜਾਂ ਫਿਰ ਜਿੱਥੇ ਜਾ ਸਕਦੀ ਆ ਉਹ ਜਗ੍ਹਾ ਨੂੰ ਆਪਾਂ ਰੋਡ ਕਹਿੰਦੇ ਹਾਂ। ਹਾਂਜੀ, ਕਹਿੰਦੇ ਹੁਣ ਵੀ ਰੋਡ ਦਾ ਜਾਂ ਸਟਰੀਟ ਦਾ ਲੈਵਲ ਕੀ ਹੁੰਦਾ, ਰੋਡ ਲੈਵਲ ਆਪਾਂ ਕਿਹਨੂੰ, ਇਹ ਹੈਗਾ 2.127। ਇਹਦੇ ਵਿੱਚ ਇਹਨਾਂ ਨੇ ਦੱਸਿਆ ਕਹਿੰਦੇ ਵੀ ਉਹ ਲੈਵਲ ਜਿਹੜਾ ਆਪਣਾ ਰੋਡ ਦਾ ਸੈਂਟਰ ਆ ਨਾ, ਉਹ ਜਿਹੜਾ ਉੱਥੇ ਦਾ ਲੈਵਲ ਬਣਦਾ ਉਹਨੂੰ ਆਪਾਂ ਰੋਡ ਲੈਵਲ ਮੰਨਦੇ ਹਾਂ। ਉਸ ਤੋਂ ਬਾਅਦ ਰੋਡ ਲਾਈਨ ਦੱਸਿਆ ਵੀ ਰੋਡ ਜਾਂ ਸਟਰੀਟ ਲਾਈਨ ਕੀ ਹੁੰਦੀ ਆ 2.128 ਦੇ ਵਿੱਚ। ਇਹ ਕਹਿੰਦੇ ਵੀ ਉਹ ਲਾਈਨ ਜਿੱਥੇ ਤੱਕ ਰੋਡ ਦਾ ਹੱਕ ਆ, ਮਤਲਬ ਰੋਡ ਬਣਨ ਤੋਂ ਬਾਅਦ ਕੁਛ ਹੋਰ ਜਗ੍ਹਾ ਵੀ ਰੋਡ ਲਾਈਨ ਦੇ ਵਿੱਚ ਆ ਸਕਦੀ ਆ ਜਿੱਥੇ ਜਿਹ ਤੋਂ ਅੱਗੇ ਆਪਾਂ ਕੋਈ ਕੰਸਟਰਕਸ਼ਨ ਵਗੈਰਾ ਨਹੀਂ ਕਰ ਸਕਦੇ। ਉਸ ਤੋਂ ਬਾਅਦ 2.131 ਦੇ ਵਿੱਚ ਫਿਰ ਇਹਨਾਂ ਨੇ ਗੱਲ ਕੀਤੀ ਆ ਰੂਮ ਹਾਈਟ ਦੀ। ਪਿੱਛੇ ਆਪਾਂ ਹੈਬੀਟੇਬਲ ਰੂਮ ਹਾਈਟ ਦਾ ਹੈਬੀਟੇਬਲ ਰੂਮ ਦੀ ਹਾਈਟ ਬਾਰੇ ਕਰੀ ਸੀ ਨਾ ਗੱਲ, ਹੁਣ ਇੱਥੇ ਇਹਨਾਂ ਨੇ ਰੂਮ ਹਾਈਟ ਦੀ ਗੱਲ ਕੀਤੀ ਆ। ਇਹਨਾਂ ਨੇ ਫਿਰ ਇਹਨੂੰ ਅੱਗੇ ਡਿਫਾਈਨ ਕੀਤਾ ਵੀ ਕੀ ਕਿਹਨੂੰ ਕਹਿੰਦੇ ਨੇ ਰੂਮ ਹਾਈਟ। ਕਹਿੰਦੇ ਵੀ ਵਰਟੀਕਲ ਡਿਸਟੈਂਸ ਮੇਜ਼ਰਡ ਫਰੋਮ ਦਾ ਫਿਨਿਸ਼ਡ ਫਲੋਰ, ਉਹ ਲੰਬਾ ਡਿਸਟੈਂਸ ਜਿਹੜਾ ਫਿਨਿਸ਼ਡ ਫਲੋਰ ਤੋਂ, ਮਤਲਬ ਜਿਹੜਾ ਆਪਣਾ ਫਰਸ਼ ਲੱਗ ਕੇ ਤਿਆਰ ਹੋ ਗਿਆ ਉੱਥੋਂ ਆਪਾਂ ਜੇ ਫੀਤਾ ਲਾਈਏ ਤੇ ਸੀਲਿੰਗ ਦਾ ਜਿਹੜਾ ਫਿਨਿਸ਼ਡ ਲੈਵਲ ਆ, ਮਤਲਬ ਜਦੋਂ ਫੀਲਿੰਗ ਫੂਲਿੰਗ ਡਾਊਨ ਡੂਨ ਫੀਲਿੰਗ ਹੋ ਗਈ ਉੱਥੇ ਤੱਕ ਆਪਾਂ ਫੀਤਾ ਲਈਏ, ਜਿਹੜੀ ਹਾਈਟ ਬਣਦੀ ਆ ਉਹ ਹਾਈਟ ਨੂੰ ਆਪਾਂ ਰੂਮ ਹਾਈਟ ਮੰਨਦੇ ਹਾਂ। ਮੰਨ ਲਓ ਕਹਿੰਦੇ ਵੀ ਜੇ ਫੀਲਿੰਗ ਨਹੀਂ ਕਰਨੀ ਆਪਾਂ ਡਾਊਨ ਫੀਲਿੰਗ ਨਹੀਂ ਕਰਦੇ, ਤਾਂ ਫਿਰ ਜਿਹੜਾ ਕੋਈ ਡੂੰਘਾ ਬੀਮ ਪਿਆ ਹੋਇਆ, ਜਿਵੇਂ ਆਪਾਂ ਕਈ ਵਾਰ ਬੀਮ ਪਾ ਦਿੰਦੇ ਹਾਂ ਨਾ ਥੱਲੇ ਨੂੰ ਕਰਕੇ ਡਾਊਨ ਬੀਮ ਪਾ ਦਿੰਦੇ ਹਾਂ, ਤਾਂ ਡਾਊਨ ਬੀਮ ਦੇ ਜਿਹੜੇ ਥੱਲੇ ਤੱਕ ਦਾ ਜਿਹੜਾ ਲੈਵਲ ਹੋਊ ਉਹਨੂੰ ਰੂਮ ਹਾਈਟ ਮੰਨਿਆ ਜਾਊਗਾ। ਉਸ ਤੋਂ ਬਾਅਦ ਇਹਨਾਂ ਨੇ ਦੱਸਿਆ ਵੀ ਸੈੱਟ ਬੈਕ ਲਾਈਨ 2.133 ਦੇ। ਇਹ ਕਹਿੰਦੇ ਵੀ ਜਿਹੜੀ ਸੈੱਟ ਬੈਕ ਲਾਈਨ ਆ ਇਹ ਆਮ ਤੌਰ 'ਤੇ ਜਿਹੜੀ ਪਲੋਟ ਬਾਊਂਡਰੀ ਆ ਉਹਦੇ ਪੈਰਲਲ ਚੱਲਦੀ ਆ, ਜਾਂ ਫਿਰ ਜਿਹੜੀ ਰੋਡ ਦੀ ਸੈਂਟਰ ਲਾਈਨ ਆ ਉਹਦੇ ਪੈਰਲਲ ਚੱਲਦੀ ਆ। ਇਹ ਨਾ ਕਈ ਜਗ੍ਹਾਵਾਂ ਦੇ ਉੱਤੇ ਇਹਨਾਂ ਨੇ ਇਹ ਸੈੱਟ ਬੈਕ ਲਾਈਨ ਜਿਹੜੀਆਂ ਅਥਾਰਟੀਜ਼ ਨੇ ਉਹਨਾਂ ਨੇ ਮੈਂਸ਼ਨ ਕਰੀ ਹੁੰਦੀ ਆ ਵੀ ਲਓ ਜੀ ਇਹ ਆਪਾਂ ਦੀ ਸੈੱਟ ਬੈਕ ਲਾਈਨ ਆ, ਜਿੰਨੀਆਂ ਵੀ ਬਿਲਡਿੰਗਾਂ ਨੇ ਸਾਰਿਆਂ ਨੇ ਇੱਥੇ ਤੱਕ ਹੀ ਬਿਲਡਿੰਗ ਬਣਾਉਣੀ ਆ, ਹੋਰ ਇਸ ਤੋਂ ਅੱਗੇ ਕਿਸੇ ਨੇ ਬਿਲਡਿੰਗ ਨਹੀਂ ਲੈ ਕੇ ਆਉਣੀ ਹੈਗੀ, ਚਾਹੇ ਪਲੋਟ ਦਾ ਸਾਈਜ਼ ਜਿੰਨਾ ਵੀ ਹੋਵੇ। ਜਿਵੇਂ ਆਮ ਜਿਹੜੇ ਆਪਣੇ ਬਾਇਲਾਅ ਹੁੰਦੇ ਆ ਉਹਦੇ ਵਿੱਚ ਨਾ ਆਪਣੇ ਸੈੱਟ ਬੈਕ ਚੇਂਜ ਹੋਈ ਜਾਂਦੇ ਆ ਨਾ, ਇਹ ਕਿਸੇ ਜਿਵੇਂ ਕੋਈ ਵਧੀਆ ਹੁਣ ਜਿਵੇਂ ਕਾਫੀ ਜਿਹੜੇ ਡਿਵੈਲਪਡ ਏਰੀਆ ਹੁੰਦੇ ਆ ਉੱਥੇ ਵਾਸਤੇ ਰੈਗੂਲੇਸ਼ਨ ਹੈਗੀ ਆ। ਉਸ ਤੋਂ ਬਾਅਦ 2.135 ਦੇ ਉੱਤੇ ਇਹਨਾਂ ਨੇ ਦੱਸਿਆ ਵੀ ਸਾਈਟ ਕਾਰਨਰ, ਸਾਈਟ ਕਾਰਨਰ ਕਿਹਨੂੰ ਕਹਿੰਦੇ ਆ, ਕਹਿੰਦੇ ਉਹ ਸਾਈਟ ਜਿਹੜੀ ਦੋ ਰੋਡਾਂ ਦੇ ਜੰਕਸ਼ਨ ਤੇ ਹੋਵੇ, ਜਿਹਨੂੰ ਆਪਾਂ ਕਾਰਨਰ ਸਾਈਟ ਕਹਿ ਦਿੰਦੇ ਆ ਉਹਨੂੰ ਇਹ ਉਲਟਾ ਕਹਿੰਦੇ ਆ ਸਾਈਟ ਕਾਰਨਰ ਕਹਿੰਦੇ ਆ। ਮਤਲਬ ਉਹ ਸਾਈਟ ਜਿਹਨੂੰ ਦੋ ਰੋਡ ਲੱਗਦੇ ਆ ਪਰ ਉਹ ਰੋਡ ਇੱਕੋ ਦੀ ਸਾਈਟ ਤੇ ਲੱਗਦਾ, ਇੱਕੋ ਦੇ ਫਰੰਟ ਤੇ ਲੱਗਦਾ, ਉਹਨੂੰ ਸਾਈਟ ਕਾਰਨਰ ਕਹਿੰਦੇ ਆ ਆਪਾਂ, ਬਾਇਲਾਅ ਕਹਿੰਦੇ ਆ ਉਹਨੂੰ ਸਾਈਟ ਕਾਰਨਰ। ਉਸ ਤੋਂ ਬਾਅਦ ਹੈਗਾ 2.136 ਸਾਈਟ ਡੈਪਥ, ਸਾਈਟ ਡੈਪਥ ਉਹਨੂੰ ਮੰਨਿਆ ਜਾਂਦਾ ਕਹਿੰਦਾ ਵੀ ਜਿਹੜਾ ਡਿਸਟੈਂਸ ਆ ਫਰੰਟ ਤੇ ਰੀਅਰ ਬਾਊਂਡਰੀ ਦੇ ਤੱਕ। ਸਾਈਟ ਪਲਾਨ 2.138 ਦੇ ਵਿੱਚ ਇਹਨਾਂ ਨੇ ਦੱਸਿਆ ਵੀ ਕਹਿੰਦਾ ਉਹ ਡਿਟੇਲਡ ਪਲਾਨ ਜਿਹੜਾ ਸਟਰਕਚਰਸ ਦੀ ਪਲੇਸਮੈਂਟ ਨੂੰ ਸ਼ੋਅ ਕਰਦਾ, ਪਾਰਕਿੰਗ ਨੂੰ ਸ਼ੋਅ ਕਰਦਾ, ਓਪਨ ਏਰੀਆ ਨੂੰ ਸ਼ੋਅ ਕਰਦਾ, ਲੈਂਡਸਕੇਪਿੰਗ ਅਤੇ ਜਿਹੜੇ ਹੋਰ ਡਿਵੈਲਪਮੈਂਟ ਫੀਚਰ ਨੇ ਉਹਨਾਂ ਨੂੰ ਸ਼ੋਅ ਕਰਦਾ ਇੱਕ ਜਗ੍ਹਾ ਦੇ ਟੁੱਟੇ ਦੇ ਉੱਤੇ। ਉਸ ਤੋਂ ਹੈਗਾ 2.139 ਦੇ ਵਿੱਚ ਇਹਨਾਂ ਨੇ ਦੱਸਿਆ ਵੀ ਸਾਈਡ ਵਿਦ ਡਬਲ ਫਰੰਟੇਜ ਜਿਹਨੂੰ ਕਹਿੰਦੇ ਨੇ, ਇਹੋ ਜਿਹੀ ਸਾਈਟ ਜਿਹਦੇ 'ਤੇ ਦੋ ਗਲੀਆਂ ਲੱਗਦੀਆਂ ਹੋਣ, ਪਰ ਉਹ ਸਾਈਟ ਕਾਰਨਰ ਪਲੋਟ ਨਾ ਹੋਵੇ। ਜਿਵੇਂ ਆਪਾਂ ਪਿੱਛੇ ਪੜ੍ਹਿਆ ਸੀ ਨਾ ਵੀ ਸਾਈਟ ਕਾਰਨਰ ਜਿਹਨੂੰ ਇੱਕ ਸਾਈਡ 'ਤੇ ਗਲੀ ਲੱਗ ਜਾਂਦੀ ਆ, ਇੱਕ ਮੂਹਰੇ ਲੱਗ ਜਾਂਦੀ ਆ, ਉਸ ਤੋਂ ਇਲਾਵਾ ਜਿੰਨੀਆਂ ਵੀ ਸਾਈਟਾਂ ਜਿਹਨਾਂ ਨੂੰ ਦੋ ਗਲੀਆਂ ਲੱਗਦੀਆਂ ਨੇ ਉਹਨਾਂ ਨੂੰ ਸਾਰੀਆਂ ਨੂੰ ਆਪਾਂ ਸਾਈਟ ਵਿਦ ਡਬਲ ਫਰੰਟੇਜ ਕਹਿੰਦੇ ਹਾਂ। ਹੁਣ ਵੈਸੇ ਤਾਂ ਗੱਲ ਸਿੱਧੀ ਜੀ ਉਹ ਆ ਵੀ ਜੇ ਇੱਕ ਗਲੀ ਮੂਹਰੇ ਲੱਗਦੀ ਹੋਊ, ਇੱਕ ਸਾਈਡ 'ਤੇ ਨਹੀਂ ਲੱਗਦੀ ਹੋਊ, ਤਾਂ ਓਬੀਅਸਲੀ ਉਹ ਪਿੱਛੇ ਲੱਗਦੀ ਹੋਊਗੀ। ਪਰ ਕਈ ਵਾਰ ਇਹ ਹੋ ਸਕਦਾ ਵੀ ਕੋਈ ਜਿਹੜੀ ਕੋਈ ਇਹੋ ਜਿਹੀ ਸਾਈਟ ਹੋਵੇ ਚਾਰ ਤੋਂ ਵੱਧ ਪਾਈਆਂ ਹੋਣ, ਜਿਵੇਂ ਕੋਈ ਟੇਢੀਆਂ ਮੇਢੀਆਂ ਸਾਈਟਾਂ ਹੁੰਦੀਆਂ ਨੇ ਨਾ, ਵੀ ਉਹਦੇ ਕਿਸੇ ਉਹ ਜਿਹੜੇ ਰੋਡ ਨੇ ਉਹ ਇੰਟਰਸੈਕਟ ਕਰਦੇ ਹੀ ਨਾ ਹੋਣ, ਇੱਕ ਰੋਡ ਉੱਧਰੋਂ ਟੱਚ ਕਰਕੇ ਉੱਧਰ ਲੰਘ ਜਾਂਦਾ ਹੋਵੇ, ਇੱਕ ਉੱਧਰ ਨੂੰ ਲੰਘ ਜਾਂਦਾ ਹੋਵੇ। ਇਸ ਤਰ੍ਹਾਂ ਇਸ ਕਰਕੇ ਇਹਨਾਂ ਨੇ ਸਪੈਸੀਫਾਈ ਕਰਤਾ ਵੀ ਕਾਰਨਰ ਸਾਈਟ ਤੋਂ ਇਲਾਵਾ ਜਿਹੜੀ ਵੀ ਸਾਈਟ ਨੂੰ ਦੋ ਗਲੀਆਂ ਲੱਗਦੀਆਂ ਨੇ ਉਹਨੂੰ ਆਪਾਂ ਸਾਈਟ ਵਿਦ ਡਬਲ ਫਰੰਟੇਜ। ਉਸ ਤੋਂ ਬਾਅਦ ਜੀ 2.147 ਦੇ ਵਿੱਚ ਵੈਂਟੀਲੇਸ਼ਨ ਬਾਰੇ ਕਹਿੰਦਾ ਵੀ ਇਹੋ ਜਿਹਾ ਕੋਈ ਮੀਨਸ ਜਾਂ ਕੋਈ ਇਹੋ ਜਿਹਾ ਸਿਸਟਮ ਜਿਹਦੇ ਨਾਲ ਜਿਹੜੀ ਬਾਹਰਲੀ ਹਵਾ ਉਹ ਅੰਦਰ ਆਉਂਦੀ ਆ ਅਤੇ ਅੰਦਰਲੀ ਜਿਹੜੀ ਹਵਾ ਉਹ ਬਾਹਰ ਨਿਕਲ ਜਾਂਦੀ ਆ, ਉਹਨੂੰ ਆਪਾਂ ਕਹਿੰਦੇ ਹਾਂ ਵੈਂਟੀਲੇਸ਼ਨ ਐਂਡ ਏਅਰ ਸਰਕੂਲੇਸ਼ਨ ਆ ਜਮਾ। ਇਹਦੇ ਵਿੱਚ ਇਹਨਾਂ ਨੇ ਦੱਸਿਆ ਵੀ ਵੈਂਟੀਲੇਸ਼ਨ ਤਿੰਨ ਤਰ੍ਹਾਂ ਦੀ ਹੋ ਸਕਦੀ ਆ। ਪਹਿਲੀ ਵੈਂਟੀਲੇਸ਼ਨ ਨੈਚੁਰਲ ਵੈਂਟੀਲੇਸ਼ਨ ਆ, ਠੀਕ ਆ। ਇਹਦੇ ਵਿੱਚ ਨੈਚੁਰਲ ਵੈਂਟੀਲੇਸ਼ਨ ਮਤਲਬ ਜਿਹੜੀ ਬਾਹਰਲੀ ਹਵਾ ਉਹ ਬਿਲਡਿੰਗ ਦੇ ਵਿੱਚ ਵਿੰਡੋ ਦੇ ਥਰੂ ਜਾਂ ਕਿਸੇ ਓਪਨਿੰਗ ਦੇ ਥਰੂ ਆਵੇ ਉਹਨੂੰ ਆਪਾਂ ਨੈਚੁਰਲ ਵੈਂਟੀਲੇਸ਼ਨ ਕਹਿ ਦਿੰਦੇ ਹਾਂ। ਪੋਜ਼ਿਟਿਵ ਵੈਂਟੀਲੇਸ਼ਨ ਦਾ ਮਤਲਬ ਇਹ ਆ ਵੀ ਜਦੋਂ ਆਪਾਂ ਕੋਈ ਪੱਖਾ ਲਾ ਕੇ ਅੰਦਰ ਹਵਾ ਸਿੱਟਣ ਲੱਗ ਜਾਈਏ ਉਹਨੂੰ ਆਪਾਂ ਪੋਜ਼ਿਟਿਵ ਵੈਂਟੀਲੇਸ਼ਨ ਕਹਿ ਦਿੰਦੇ ਹਾਂ। ਜ਼ਿਆਦਾਤਰ ਆਪਾਂ ਯੂਜ਼ ਜਿਹੜੀ ਕਰਦੇ ਹਾਂ ਉਹ ਆਪਾਂ ਕਰਦੇ ਹਾਂ ਮਕੈਨੀਕਲ ਵੈਂਟੀਲੇਸ਼ਨ। ਮਕੈਨੀਕਲ ਵੈਂਟੀਲੇਸ਼ਨ ਤੀਜੀ ਟਾਈਪ ਆ, ਉਹਦੇ ਵਿੱਚ ਇਹ ਦੱਸਦਾ ਵੀ ਆਪਾਂ ਚਾਹੇ ਤਾਂ ਪੱਖਾ ਲਾ ਕੇ ਹਵਾ ਅੰਦਰ ਸਿੱਟ ਲਈਏ, ਚਾਹੇ ਐਗਜ਼ੋਸਟ ਲਾ ਕੇ ਹਵਾ ਬਾਹਰ ਕੱਢ ਦਈਏ, ਤਾਂ ਕਿ ਜਿਹੜਾ ਫਿਰ ਬੱਚੇ ਹਵਾ ਦਾ ਗੈਪ ਬਣਦਾ ਉਹਨੂੰ ਭਰਨ ਵਾਸਤੇ ਆਪੇ ਨਵੀਂ ਫਰੈਸ਼ ਏਅਰ ਆ ਜੂਗੀ, ਉਹਨੂੰ ਆਪਾਂ ਮਕੈਨੀਕਲ ਵੈਂਟ। ਇਹ ਮਕੈਨੀਕਲ ਇਹ ਵੈਂਟੀਲੇਸ਼ਨ ਦਾ ਜਿਹੜਾ ਚੱਕਰ ਜਿਹਾ ਹੈਗਾ ਇਹ ਆਪਾਂ ਤਾਂ ਸਪੈਸੀਫਾਈ ਕੀਤਾ ਕਿਉਂਕਿ ਹੁਣ ਆਪਾਂ ਨੂੰ ਇਹ ਵੀ ਬਾਇਲਾਅ ਜਿਹੜਾ ਆਪਾਂ ਡਰਾਇੰਗ ਬਣਾਉਂਦੇ ਹਾਂ ਆਨਲਾਈਨ ਵਾਲੀ, ਉਹਦੇ ਵਿੱਚ ਆਪਾਂ ਨੂੰ ਕਿਤੇ ਕਿਤੇ ਮਕੈਨੀਕਲ ਵੈਂਟੀਲੇਸ਼ਨ ਬਾਰੇ ਦੱਸਣਾ
ਜਾਣਾ ਪੈ ਸਕਦਾ। ਉਸ ਤੋਂ ਬਾਅਦ 2.148 ਦੇ ਵਿੱਚ ਵਰਾਂਡਾ ਦੱਸਿਆ ਜੀ ਇਹਨਾਂ ਨੇ ਕੀ ਹੁੰਦਾ ਵਰਾਂਡਾ, ਕਹਿੰਦਾ ਇਹੋ ਜਿਹੀ ਜਗ੍ਹਾ ਕਵਰਡ ਏਰੀਆ, ਉਹ ਕਵਰਡ ਏਰੀਆ ਜਿਹਦੀ ਘੱਟੋ ਘੱਟ ਇੱਕ ਜਿਹੜੀ ਸਾਈਡ ਆ ਉਹ ਬਿਲਕੁਲ ਓਪਨ ਹੋਵੇ ਬਾਹਰ ਵੱਲ ਨੂੰ, ਅਤੇ ਉਹਦੇ 'ਤੇ ਬਸ ਵੱਧ ਤੋਂ ਵੱਧ ਆਪਾਂ 3 ਫੁੱਟ ਉੱਚਾ ਪੈਰਾਪੈਟ ਕਰ ਸਕਦੇ ਹਾਂ, ਉੱਧਰ ਹੋਰ ਕੋਈ ਕੰਧ ਨਗਰੀ ਹੋਵੇ ਉਹਨੂੰ ਫਿਰ ਆਪਾਂ ਵਰਾਂਡਾ ਮੰਨਾਂਗੇ। ਉਸ ਤੋਂ ਬਾਅਦ ਇਹਨਾਂ ਨੇ ਦੱਸਿਆ WC ਵਾਟਰ ਕਲੋਜ਼ਟ 2.149 ਦੇ ਵਿੱਚ, ਇਹਨਾਂ ਨੇ ਦੱਸਿਆ ਵੀ ਕੋਈ ਇਹੋ ਜਿਹਾ ਜਿਹੜਾ ਪਾਣੀ ਨਾਲ ਚੱਲਣ ਵਾਲਾ ਜਿਹੜਾ ਫਿਚਰ ਜਿਹਨੂੰ ਆਪਾਂ ਹਿਊਮਨ ਯੂਜ਼ ਦੇ ਲਈ ਵਰਤਿਆ ਜਾਂਦਾ ਜਿਹੜਾ ਉਹਨੂੰ ਆਪਾਂ WC ਕਹਿੰਦੇ ਹਾਂ। ਇਹ ਕਹਿੰਦੇ ਜਿਹੜੀ ਇਹ WC ਵਾਲੀ ਜਿਹੜੀ ਟਰਮ ਆ ਇਹਨੂੰ ਕਈ ਵਾਰ ਆਪਾਂ ਉਹ ਜਗ੍ਹਾ ਉਹ ਮਤਲਬ ਉਹ ਕਮਰਾ ਜਾਂ ਛੋਟਾ ਜਿਹਾ ਕਮਰਾ ਜਿਹਦੇ ਵਿੱਚ ਆਪਾਂ WC ਫਿੱਟ ਕੀਤੀ ਹੁੰਦੀ ਆ ਉਹਨੂੰ ਵੀ ਆਪਾਂ ਉਹ ਕਮਰੇ ਨੂੰ ਵੀ WC ਕਹਿ ਦਿੰਦੇ ਹਾਂ। ਉਸ ਤੋਂ ਬਾਅਦ 1.150 ਦੇ ਵਿੱਚ ਵਿੰਡੋ ਬਾਰੇ ਦੱਸਿਆ ਗਿਆ ਵੀ ਵਿੰਡੋ ਕਿਹਨੂੰ ਕਹਿੰਦੇ ਆ, ਇਹ ਕਹਿੰਦਾ ਵੀ ਇੱਕ ਇਹੋ ਜਿਹੀ ਓਪਨਿੰਗ ਕਿਸੇ ਡੋਰ ਤੋਂ ਇਲਾਵਾ ਕੋਈ ਵੀ ਓਪਨਿੰਗ ਜਿਹੜੀ ਆਪਣੇ ਵੈਂਟੀਲੇਸ਼ਨ ਵਾਸਤੇ ਏਅਰ ਵਾਸਤੇ ਅਤੇ ਲਾਈਟ ਵਾਸਤੇ ਵਰਤੀ ਜਾਂਦੀ ਆ ਉਹਨੂੰ ਆਪਾਂ ਵਿੰਡੋ ਕਹਿ ਦਿੰਦੇ ਹਾਂ। ਲਓ ਜੀ ਬਸ ਇਹੀ ਚੀਜ਼ਾਂ ਨੇ ਇਹਦੇ ਵਿੱਚ ਤਾਂ ਜਿਹੜੀਆਂ ਡੈਫੀਨੇਸ਼ਨਸ ਨੇ ਮੈਨੂੰ ਤਾਂ ਇੰਨੀਆਂ ਕਿ ਲੱਗੀਆਂ ਵੀ ਦੱਸਣੀਆਂ ਯੋਗ ਨੇ, ਕਾਫੀ ਵੈਸੇ ਤਾਂ ਕਾਫੀ ਨੇ, 2.151 ਤੱਕ ਇਹਨਾਂ ਨੇ ਬਣਾਈਆਂ ਹੋਈਆਂ ਨੇ, ਜਾਣੀ ਕਿ ਕਾਫੀ ਚੀਜ਼ਾਂ ਨੇ। ਜਿਵੇਂ ਹੁਣ ਜੇ ਕੋਈ ਬੰਦਾ ਜ਼ਿਆਦਾ ਇੰਟਰਸਟਡ ਆ ਤਾਂ ਪੜ੍ਹ ਵੀ ਸਕਦਾ ਪੂਰੀ ਤਰ੍ਹਾਂ ਡਿਟੇਲ ਦੱਸੀ, ਜਾਣੀ ਕਿ ਇਹ 'ਚ ਕਾਫੀ ਕਲੀਅਰ ਹੋ ਜਾਂਦਾ ਆਪਾਂ ਨੂੰ ਇਹ ਪੜ੍ਹ ਕੇ ਡੈਫੀਨੇਸ਼ਨਾਂ ਪੜ੍ਹ ਕੇ ਵੀ ਅੱਗੇ ਹੁਣ ਜਿਵੇਂ ਆਪਾਂ ਕੋਈ ਬਾਇਲਾਅ ਪੜ੍ਹਦੇ ਹਾਂ ਤਾਂ ਆਪਾਂ ਨੂੰ ਡੈਫੀਨੇਸ਼ਨਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਨੇ ਤਾਂ ਕਿ ਆਪਾਂ ਨੂੰ ਪਤਾ ਲੱਗੇ ਵੀ ਕੀ ਗੱਲ ਹੋ ਰਹੀ ਆ, ਤਾਂ ਵੀ ਕਿਹੜੀਆਂ ਚੀਜ਼ਾਂ ਨੂੰ ਆਪਾਂ ਕਿਵੇਂ ਮੰਨ ਸਕਦੇ ਹਾਂ, ਜਿਵੇਂ ਕਵਰਡ ਏਰੀਆ ਵਿੱਚ ਕਿਹੜੀਆਂ ਚੀਜ਼ਾਂ ਨਹੀਂ ਆਉਂਦੀਆਂ ਨੇ ਕਿਹੜੀਆਂ ਨਹੀਂ ਆਉਂਦੀਆਂ, ਉਹ ਸਾਰਾ ਕੁਝ ਇਹਨਾਂ ਨੇ ਡੈਫੀਨੇਸ਼ਨਾਂ ਵਿੱਚ ਵਧੀਆ ਕਲੀਅਰ ਕੀਤਾ ਹੋਇਆ, ਇਸੇ ਕਰਕੇ ਆਪਾਂ ਡੈਫੀਨੇਸ਼ਨ ਕਰੀਆਂ ਨੇ। ਲਓ ਵੀ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਫਿਰ ਕਰ ਦਿਓ ਇਹਨੂੰ ਲਾਈਕ, ਨਾਲੇ ਸ਼ੇਅਰ ਕਰ ਲਓ ਆਪਣੇ ਦੋਸਤਾਂ ਮਿੱਤਰਾਂ ਨਾਲ, ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਪਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਇਮਾਰਤਾਂ ਦੇ ਨਾਲ ਸੰਬੰਧਿਤ ਕੋਈ ਤਕਨੀਕੀ ਗੱਲਾਂ ਕਰ ਸਕੀਏ ਪੰਜਾਬੀ ਦੇ ਵਿੱਚ। ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਜੈ ਹਿੰਦ।